ਨਿਰਵਾਇ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਤਿਨਾਮ ਵਾਹਿਗੁਰੂ ਸਾਹਿਬ ਜਿਉ ਮਾਂਝ ਮਹਲਾ 3 ਜਾ ਆਤਮ ਰਾਮ ਪਰਗਾਸ ਗੁਰ ਤੇ ਹੋਵੇ ਹਉਮੈ ਮੈ ਲਾਗੀ ਗੁਰ ਸ਼ਬਦੀਂ ਖੋਵੇ ਆਤਮ ਰਾਮ ਪਰਗਾਸ ਗੁਰ ਤੇ ਹੋਵੈ ਹਉਮੈ ਮੈਲ ਲਾਗੀ ਗੁਰ ਸ਼ਬਦੀ ਹੋਵੈ ਮਨ ਨਿਰਮਲ ਅਨ ਦਿਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾ ਬਣਿਆ ਤਿਨਾ ਭਗਤ ਜਨਾ ਕੋ ਸਦ ਨਮਸ਼ਕਾਰ ਕੀਜੈ ਜੋ ਅਨ ਦਿਨ ਹਰ ਗੁਣ ਗਾ ਬਣਿਆ ਰਹਾਉ ਇਕ ਕੂੜ ਲਾਗੇ ਕੂੜੇ ਫਲ ਪਾਏ ਦੂਜੈ ਭਾਏ ਬਿਰਥਾ ਜਨਮ ਗਵਾਏ ਆਪ ਡੂਬੇ ਸਗਲੇ ਕੁੱਲ ਡੋਬੇ ਕੂੜ ਬੋਲ ਵਿਖ ਖਾਵਣਿਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ ਭਾਏ ਭਗਤ ਜਾਂ ਹਾਉ ਮੈਂ ਸੋਖੈ ਸਿਧ ਸਾਧਿਕ ਮੋਹ ਨੇ ਤਹਾਰੀ ਰਹੇ ਲਿਵ ਲਾਏ ਤਿਨ ਪੀ ਤਨ ਮੈਂ ਮਨ ਨਾਂ ਦੀ ਖਾ ਵਣਿਆ ਆਪ ਕਰਾਏ ਕਰਤਾ ਸੋਈ ਹੋਰ ਕੀ ਕਰੇ ਕੀਤਾ ਕੀ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮੋ ਮਨ ਵਸਾ ਵਣਿਆ ਆਪ ਕਰਾਏ ਕਰਤਾ ਸੋਈ ਹੋਰ ਕੀ ਕਰੇ ਕੀਤਾ ਕੀ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮੋ ਮਨ ਵਸਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾਟਲ ਸ਼ਬਦ ਸਤਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸ਼ਾਮ ਸਮੇਂ ਅਸੀਂ ਸਤਸੰਗਤ ਮਾੜ ਰਹੇ ਹਾਂ ਇਸ ਸਮਾਂ ਗੁਰਬਾਣੀ ਵਿਆਖਿਆ ਦਾ ਹੈ ਇਸ ਵਿੱਚ ਮਾਜ ਰਾਗ ਦਾ ਗੁਰੂ ਅਮਰਦਾਸ ਮਹਾਰਾਜ ਦੁਆਰਾ ਉਚਰਿਤ ਕੀਤਾ ਗਿਆ ਪਾਵਨ ਸੰਦੇਸ਼ ਅਸੀਂ ਲਗਾਤਾਰ ਤਾਂ ਨਾਲ ਵਿਚਾਰਦੇ ਹਾਂ ਜੋ ਸ਼ਬਦ ਆਪਨੇ ਸਰਵਨ ਕੀਤਾ ਹੈ ਅਸ਼ਟਪਦਿਆਂ ਦਾ ਬਚਨ ਹੈ ਇਹਦੇ ਕੁਛ 6 ਬੰਦ ਅਸੀਂ ਵਿਚਾਰੇ ਨੇ ਲਾਸਟ ਵਾਲੇ ਜਿਹੜੇ ਦੋ ਪਦੇ ਨੇ ਉਹਨਾਂ ਦਾ ਪਾਠ ਆਪਜ ਨੂੰ ਸਰੋਤ ਕਰਾਇਆ ਹੈ ਸਵੱਜ ਸਟਾਈ ਕਰਾਂਗੇ ਜੋ ਇਹਦੇ ਲਾਸਟ ਦੋ ਪਦੇ ਨੇ ਉਹਨਾਂ ਨੂੰ ਆ ਵਿਆਖਿਆ ਸਕੀਏ ਉਹਨਾਂ ਦੇ ਐਕਸਪਲੇਨੇਸ਼ਨ ਦੇ ਨਾਲ ਜੁੜ ਸਕੀਏ ਹਮੇਸ਼ਾ ਦੀ ਤਰ੍ਹਾਂ ਵਿਚਾਰ ਦੀ ਪ੍ਰਰੰਭਤਾ ਮੁਖ ਸੁਨੇਹੇ ਤੋਂ ਹੋ ਰਹੀ ਏ ਰਹਾਉ ਦੇ ਬੰਦ ਤੋਂ ਗੁਰੂ ਅਮਰਦਾਸ ਸਾਹਿਬ ਜ਼ਿਕਰ ਕਰ ਰਹੇ ਸੀ ਹਉਮ ਵਾਰੀ ਜਿਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣ ਆ ਮੈਂ ਕੁਰਬਾਨ ਜਾਣਾ ਬਲਿਹਾਰ ਜਾਣਾ ਉਹਨਾਂ ਤੋਂ ਜਿਹੜੇ ਆਪ ਭਗਤੀ ਦੇ ਰਾਹ ਤੇ ਤੁਰੇ ਤੇ ਹੋਰਨਾਂ ਲਈ ਪ੍ਰੇਰਣਾ ਬਣੇ ਹੋਰਨਾਂ ਨੂੰ ਭਗਤੀ ਦੇ ਰਾਹ ਤੇ ਤੋਰਿਆ ਸੋ ਇੱਥੇ ਗੁਰੂ ਬਾਬਾ ਜੀ ਐਕਚੁਅਲੀ Uh, appreciating a human virtue or kind of uh, you can say trait if we have it jisade kole hoye te ki assi aap spiritually better hoyiye te horan nu us spiritual side ton strong karn vaste assi madad kar sakkiye inspiration ban sakkiye unna layi unna layi prerna ban sakkiye is kisam di baat ate cha rahi hai jehdi dusri line hai rahao de band de ਸਿੰਨਾ ਭਗਤ ਜਨਾਂ ਕੋ ਸਤਿ ਨਮਸਕਾਰ ਕੀਜੈ ਇਹੋ ਜੇ ਭਗਤ ਜਨਾਂ ਨੂੰ ਅਸੀਂ ਸਦੀਵ ਕਾਲੀ ਨਮਸਕਾਰ ਕਰਦੇ ਹਾਂ ਉਹਦੇ ਦਾ ਲੈਵਲ ਵੀ ਦੇਖ ਲਈਏ ਪੰਜਾਬੀ ਤਰਬੀਅਤ ਦੇ ਵਿੱਚ ਇੱਕ ਚੀਜ਼ ਹੈ ਕਿ ਜੇ ਅਸੀਂ ਬੜੇ ਯੂ ਕੈਨ ਸੇ ਰਜਿਸਟਰ ਕਰਨ ਵਾਲੇ ਹੈਗੇ ਆ ਬੜੇ ਸਟਰੋਂਗ ਹੈਗੇ ਆ ਬੜੇ ਅਕਸਰ ਕੋਈ ਕਰਸਾਨੀ ਜੀਵਨ ਚ ਆਏ ਹੋਏ ਲੋਕਾਂ ਚ ਰਜਿਸਟੈਂਸ ਤੇ ਹੁੰਦੀ ਹੈ ਉਹਨਾਂ ਚੀਜ਼ਾਂ ਹੁੰਦੀਆਂ ਨੇ ਪਰ ਇਹਦੇ ਨਾਲ ਦੀ ਨਾਲ ਜਿਹੜੀ ਰਿਸਪੈਕਟ ਆ ਇੱਕ ਦੂਜੇ ਦੇ ਪ੍ਰਤੀ ਇਹਨੂੰ ਕਿਸੇ ਲੈਵਲ ਤੇ ਵੀ ਲੂਜ਼ ਨਹੀਂ ਕਰਨਾ ਕਰਾਂ ਥਾਵਾਂ ਦੇ ਸਾਡੇ ਆਮ ਕਰਕੇ ਤੁਸੀਂ ਦੇਖਿਆ ਹੋਵੇਗਾ ਭਰਾ ਭਰਾ ਨੂੰ ਕਤਲ ਕਰ ਦਿੰਦਾ ਹੈਗਾ ਲੜਾਈਆਂ ਹੋ ਜਾਂਦੀਆਂ ਉਮਰਾਂ ਲੰਘ ਜਾਂਦੀਆਂ ਲੋਕੀ ਬੋਲਦੇ ਤੱਕ ਨਿਕ ਦੂਜੇ ਨਾਲ ਕਿਉਂਕਿ ਡਿਸ ਰਿਸਪੈਕਟ ਇਹ ਸਤਕਾਰ ਕਰਨਾ ਤੇ ਫਿਰ ਸਤਕਾਰ ਇਹ ਨਹੀਂ ਕਿ ਕਿਸੇ ਆ ਮਤਲਬ ਭਾਵੇਂ ਗਲਤ ਵੀ ਹੋ ਗਿਆ ਤਾਂ ਵੀ ਕਰੀ ਜਾਣਾ ਨਾ ਗੁਣ ਦਾ ਸਤਕਾਰ ਹੈ ਤੇ ਗੁਣ ਦੇ ਸਤਕਾਰ ਦੇ ਚ ਐਨਵਾਇਰਨਮੈਂਟ ਬਿਲਡ ਕਰਨਾ ਤੇ ਇਹ ਸਾਰੀ ਸੁਸਾਇਟੀ ਵਾਸਤੇ ਇੱਥੇ ਤੇ ਸਪਿਰਚੁਅਲ ਸਾਈਡ ਤੋਂ ਬਾਤ ਆ ਰਹੀ ਹੈ ਜਿਹੜੇ ਭਗਤ ਜਨ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਅਕਾਲ ਪੁਰਖ ਵਹਿਗੁਰੂ ਦੇ ਨਿਰਮਲ ਪੈ ਭਾਵ ਨੂੰ ਅਪਣਾਇਆ ਹੈ ਜੀਵਨ ਵਿੱਚ ਸੋਜੀ ਲਈ ਹੈ ਤੇ ਜੀਵਨ ਦਾ ਇੱਕ ਲੈਵਲ ਜਿਨ੍ਹਾਂ ਨੇ ਜਿਹੜਾ ਇੱਕ ਕੈਲੀਬਰ ਬਿਲਡ ਕੀਤਾ ਹੈਗਾ ਉਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਰਿਸਪੈਕਟ ਪੇ ਕਰਦਾ ਮੈਂ ਉਹਨਾਂ ਨੂੰ ਨਮਸਕਾਰ ਕਰਦਾ ਮੈਂ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਸੋਲਿਊਟ ਕਰਦਾ ਬਰਾਵੋ ਮਤਲਬ ਉਹਨਾਂ ਦੇ ਸਾਹਮਣੇ ਮੈਂ ਆਪਣਾ ਆਪ ਲਿਫਾਉਣਾ ਚੁਕਾਉਂਦਾ ਹਾਂ ਸੋ ਉਹਦੀ ਬਾਤ ਕੀਤੀ ਗਈ ਮਹਾਰਾਜ ਕਹਿੰਦੇ ਕਿ ਤਿੰਨਾ ਭਗਤ ਜਨਾ ਕੋ ਸਦ ਨਮਸਕਾਰ ਕੀਜਾ ਜੋ ਅਨ ਦਿਨ ਹਰ ਗੁਣ ਗਾਵਣਿਆ ਤੇ ਭਗਤ ਦੀ ਨਿਸ਼ਾਨੀ ਵੀ ਇਹ ਹੈ ਰਾਤ ਦਿਨ ਹਰੀ ਦਾ ਗੁਣ ਗਾਣ ਕਰਨਾ ਧਰਤੀ ਦੇ ਉੱਤੇ ਗਲਤ ਠੀਕ ਹੋ ਰਿਹਾ ਆ ਚੰਗਾ ਮਾੜਾ ਹੋ ਰਿਹਾ ਆ ਪਰ ਜਦੋਂ ਤੁਸੀਂ ਇੱਕ ਚੀਜ਼ ਦੇ ਵਿੱਚ ਸਿਮਰਣ ਦੇ ਲੈਵਲ ਤੇ ਲੈ ਕੇ ਆਓਗੇ ਜਿਹੜੀ ਭਾਵੇਂ ਮਦਰ ਨੇਚਰ ਤੇ ਭਾਵੇਂ ਲਾਅ ਆਫ ਮਦਰ ਨੇਚਰ ਭਾਵੇਂ ਕੁਦਰਤ ਤੇ ਭਾਵੇਂ ਕੁਦਰਤ ਦਾ ਹੁਕਮ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਵਾਪਰਦੀਆਂ ਨੇ ਉਹਦੀ ਗਲੋਰੀ ਨੂੰ ਉਹਦੀ ਗਲੋ ਨੂੰ ਤੁਹਾਡੀ ਅੱਖ ਨਹੀਂ ਦੇਖ ਪਾ ਰਹੀ ਤੁਸੀਂ ਫਿਰ ਆਪਣੇ ਆਪ ਨੂੰ ਕਿਸੇ ਗਲੋਰੀਫਾਈ ਲੈਵਲ ਤੱਕ ਚਮਕ ਵਾਲੇ ਲੈਵਲ ਤੱਕ ਅਧਿਆਤਮਿਕ ਤਲ ਤੇ ਨਹੀਂ ਲਿਆ ਸਕੋਗੇ ਗੁਰੂ ਸਾਹਿਬ ਸੰਸਾਰ ਦੀਆਂ ਕਮਜ਼ੋਰੀਆਂ ਦੇਖਦੇ ਨੇ ਵੀਕਨੈਸਸ ਦੇ ਹਰ ਸ਼ਬਦ ਚ ਗੱਲ ਮਿਲੇਗੀ ਤੁਹਾਨੂੰ ਪਰ ਗੱਲ ਅਖੀਰ ਉੱਥੇ ਮਕਾਉਂਦੇ ਬੜੀ ਆਪਟਿਮਿਸਟਿਕ ਵੇ ਦੇ ਨਾਲ ਬੜੇ ਇਸ ਤਰੀਕੇ ਨਾਲ ਵੀ ਆਸਵੰਦ ਰਹਿਣਾ ਕਰਤਾਰ ਦਾ ਬਣਾਇਆ ਸੰਸਾਰ ਹੈ ਜੀਵਨ ਦਿੱਤਾ ਕਿਸੇ ਪਰਪਸ ਲਈ ਦਿੱਤਾ ਜੋ ਆਲੇ ਦੁਆਲੇ ਵਾਪਰ ਰਿਹਾ ਉਹਦੇ ਵਿੱਚੋਂ ਵੀ ਤੁਸੀਂ ਕੋਈ ਚੰਗਾ ਲਿਆ ਸਕਦੇ ਹੈਗੇ ਹੋ ਸੋ ਭਗਤ ਜਨ ਅਨ ਦਿਨ ਹਰ ਗੁਣ ਗਾਉਣ ਆ ਉਹ ਹਰੀ ਦਾ ਗੁਣ ਗਾਨ ਕਰਦੇ ਉਹਦੀ ਸਤਿਤੀ ਤੇ ਤਾਰੀਫ ਵਿੱਚ ਜਾਂਦੇ ਇੱਕ ਜਿਹੜਾ ਪੋਜ਼ਿਟਿਵ ਕਿਸਮ ਦਾ ਅਮ ਵਿਹਾਰ ਹੈ ਬਿਹੇਵੀਅਰ ਹੈ ਉਹ ਪਗਤ ਜਨ ਦੇ ਵਿੱਚ ਆਪਣੇ ਆਪ ਆ ਜਾਂਦਾ ਉਹਦੀ ਚੜ੍ਹਦੀ ਕਲਾ ਉਹਦੇ ਵਿੱਚ ਵਿਕਾਸ ਦਾ ਰੰਗ ਆਉਂਦਾ ਉਹਨਾਂ ਨੂੰ ਤਰੀਫ਼ ਦੇ ਰੂਪ ਵਿੱਚ ਲਿਆ ਕੇ ਸਾਨੂੰ ਇੱਕ ਪ੍ਰੇਰਣਾ ਦਿੱਤੀ ਇਹ ਰਹਾਉ ਦਾ ਬੰਦ ਆ ਹੁਣ ਜਿਸ ਪਦੇ ਤੁਸੀਂ ਅੱਗੇ ਵਿਚਾਰ ਲੈ ਕੇ ਜਾਣੀ ਸੀ 6 ਨੰਬਰ ਪਦਾ ਆ ਤੇ ਪਗਤ ਜੀ ਜ਼ਿਕਰ ਗੁਰੂ ਅਮਰਦਾਸ ਸਾਹਿਬ ਜ਼ਿਕਰ ਕਰਦੇ ਨੇ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਪਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੋਬੇ ਗੂੜੇ ਬੋਲ ਬਿਖ ਖਾਵਣਿਆ ਸੱਚ ਤੇ ਕੂੜ ਇਹਦਾ ਕੋਲ ਹੈ ਇਹ ਦੁਨੀਆ ਜਿਹੜੀ ਹੈ ਇਟਸ ਅ ਕਾਈਂਡ ਆਫ ਅ ਸਟੇਜ ਐਂਡ ਇਨ ਥੈਟ ਸਟੇਜ ਵੀ ਕੈਨ ਈਜ਼ੀਲੀ ਨੋਟਿਸ देयर ਟੂ ਮੇਨ ਐਕਚੁਅਲੀ ਫੋਰਸਸ ਵਨ ਇਜ਼ ਕੂੜ ਜਿਹਨੂੰ ਕਹ ਲੋ ਕਿ ਜਿਹੜੀਆਂ ਡੈਵਲ ਫੋਰਸਸ ਨੇ ਜਿਹੜੀਆਂ ਮਾੜੇ ਪਾਸੇ ਜਾ ਰਹੀਆਂ ਨੇ ਦੂਸਰੇ ਪਾਸੇ ਜਿਹੜੀਆਂ ਸੱਚ ਦੇ ਨਾਲ ਜਿਹੜੀਆਂ ਪ੍ਰੂਫੁੱਲਨੈਸ ਦੇ ਨਾਲ ਜਿਹੜੀਆਂ ਟਰੂ ਫੋਰਸਸ ਨੇ ਉਹਨਾਂ ਦੇ ਵਿੱਚ ਅਸੀਂ ਉਹਨਾਂ ਦੋਨਾਂ ਦਾ ਕੋਲ ਦੇਖ ਰਹੇ ਹੈਗੇ ਆ ਇਹਦੇ ਅੰਦਰ ਜਿਵੇਂ ਜਿਵੇਂ ਤੁਸੀਂ ਜੀਵਨ ਵਿੱਚ ਵਿਚਰਦੇ ਹੋ ਸਾਨੂੰ ਚੁਆਇਸਸ ਬਣਾਉਣ ਦਾ ਮੌਕਾ ਬਣਦਾ ਆ ਆਈਦਰ ਵੀ ਕੈਨ ਟੇਕ ਜਿਹੜੀ ਹੈ ਕੂਡ ਦੀ ਸਾਈਡ ਲੈ ਸਕਦੇ ਆਂ ਔਰ ਜਿਹੜੀ ਪ੍ਰੂਫੁੱਲਨੈਸ ਵਾਲੀ ਸਾਈਡ ਲੈ ਸਕਦੇ ਹੈਗੇ ਆ ਇਹ ਵੀ ਫਿਰ ਡਿਪੈਂਡ ਕਰਦਾ ਹੈ ਸਾਡੀ ਸੰਗਤ ਸਾਡਾ ਪ੍ਰਭਾਵ ਸਾਡੀ ਤਾਲੀਮ ਸਾਡਾ ਸਕੂਲ ਆਫ ਥੌਟ ਹੈ ਸਭ ਚੀਜ਼ਾਂ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਕਿਤੇ ਸਕੂਲਿੰਗ ਉਸ ਲੈਵਲ ਦੀ ਨਹੀਂ ਹੈਗੀ ਕਿਉਂਕਿ ਇਹ ਤੇ ਨਹੀਂ ਨਾ ਕਿ ਜ਼ੁਲਮ ਹੋ ਨਹੀਂ ਸੀ ਰਿਹਾ ਜ਼ੁਲਮ ਤੇ ਹੋ ਹੀ ਰਿਹਾ ਸੀਗਾ ਮਾੜੇ ਕੰਮ ਵੀ ਹੋ ਰਹੇ ਸੀਗੇ ਸਭ ਚੀਜ਼ਾਂ ਪਰ ਜਿਹੜੇ ਮਨੁੱਖ ਸੀਗੇ ਗੁਰੂ ਨਾਨਕ ਸਾਹਿਬ ਦੇ ਸਮੇਂ ਭਗਤ ਕਬੀਰ ਜੀ ਦੇ ਸਮੇਂ ਜਾਂ ਹੋਰ ਇਨ੍ਹਾਂ ਰੂਹਾਂ ਦੇ ਸਮੇਂ ਉਹ ਮੋਸਟਲੀ ਕੂੜ ਵਾਲੇ ਪਾਸੇ ਨੂੰ ਜਾ ਰਹੇ ਨੇ ਗੁਰੂ ਬਾਬਾ ਜੀ ਨੇ ਪ੍ਰੇਰ ਦੇ ਨੇ ਤੁਸੀਂ ਇਹ ਵੀ ਚੋਇਸ ਲੈ ਸਕਦੇ ਹੋ ਤੁਸੀਂ ਸੱਚ ਵਾਲੇ ਪਾਸੇ ਆ ਸਕਦੇ ਹੋ ਐਂਡ ਸਮ ਟਾਈਮ ਪੀਪਲ ਗੈਟ ਸਕੈਅਰਡ ਯੂ نو ਨੋ ਨੋ ਦੈਟਸ ਆਈ ਕੈਨ ਨੋਟ ਗੋ ਅਗੇਨਸਟ ਐਨ ਇਸਟੈਬਲਿਸ਼ਮੈਂਟ অর ਐਨੀ ਐਚਚੁਅਲੀ ਕਾਈਂਡ ਆਫ ਫੋਰਸ অর ਐਨੀ ਕਾਈਂਡ ਆਫ ਜਿਹੜੀ ਚੀਜ਼ ਉਸ ਕਿਸਮ ਦੀ ਹੋਈ ਹੈ ਸਿੱਖੀ ਦੀ ਤੇ ਇੱਕ ਬੜੀ ਵਧੀਆ ਸਕੂਲਿੰਗ ਕੀਤੀ ਗੁਰੂ ਸਾਹਿਬ ਨੇ 250 ਸਾਲ ਦਾ ਸਮਾਂ ਲਗਾਇਆ ਮਤਲਬ ਉਸ ਸਮੇਂ ਤੱਕ ਪਹੁੰਚੇ ਜਦੋਂ ਖੰਡੇ ਖੜਕਾਏ ਪਰ ਉਹ ਇੱਕ ਪੂਰੇ ਦਾ ਪੂਰਾ ਮੋਮੈਂਟਮ ਬਿਲਡ ਕੀਤਾ ਇਹ ਨਹੀਂ ਕਿ ਬੰਦਾ ਓਵਰਨਾਈਟ ਇੱਕ ਬੰਦਾ ਉੱਠੇ ਤੇ ਕਹੇ ਮੈਂ ਦੁਨੀਆ ਚੇਂਜ ਕਰ ਦੇਣੀ ਹੈ ਇਟਸ ਨੋਟ ਗੋਣਾ ਹੈਪਨ ਲਾਈਕ ਦੈਟ ਇਹ ਫਿਲਮਾਂ ਚ ਹੁੰਦਾ ਇਹ ਫਿਲਮਾਂ ਚ ਹੋ ਜਾਂਦਾ ਫਿਲਮ ਬਣਾ ਲਓ ਤੇ ਇਸ ਤਰੀਕੇ ਨਾਲ ਹੋ ਗਿਆ ਉਹ ਇਹ ਚੀਜ਼ ਹੋ ਗਈ ਅਦਰਵਾਈਜ਼ ਜਿਹੜੀਆਂ ਸੋਸ਼ਲ ਕੰਪਲੈਕਸਿਟੀ ਹੈ ਜਿਹੜੀ ਸੰਸਾਰ ਦੀ ਅਸਲ ਵਿੱਚ ਇਹ ਸਾਰੀ ਆ ਭਾਇਆ ਇਹਨੂੰ ਤੇ ਬੜੇ ਤਰੀਕੇ ਨਾਲ ਸਮਝਣਾ ਪਏਗਾ ਫਿਰ ਇਹਦੇ ਚ ਜਾਣਾ ਪਏਗਾ ਅੱਜ ਇੱਕ ਦਾ ਕੋਈ ਚੰਗਾ ਕੰਮ ਕਰਨਾ ਜੰਗ ਲੜਨ ਦੇ ਬਰਾਬਰ ਹੈ ਸਪੋਜ਼ ਕਰੋ ਚਾਰ ਛਪੇਰੇ ਮਾੜਾ ਹੋ ਰਿਹਾ ਮੈਂ ਕਹਾਣੀ ਨੂੰ ਮੈਂ ਬਾਤ ਕਰਦਾ ਕਈ ਵਾਰੀ ਮੈਂ ਇਸ ਜੇ ਨਾ ਹੁੰਦੇ ਇਸ ਜੇ ਨੂੰ ਕੋਟ ਕਰਦਾ ਹਾਂ ਇਹ ਕਹਾਣੀ ਹੈ ਭਾਰਤੀ ਲਿਟਰੇਚਰ ਦੇ ਵਿੱਚ ਹੈ ਤੇ ਬੜੀ ਲੰਮੀ ਚੌੜੀ ਟੁਕ ਮਾਤਰ ਹੈ ਕਿ ਸ਼ਹਿਰ ਨੂੰ ਅੱਗ ਲੱਗ ਜਾਂਦੀ ਹੈ ਸ਼ਹਿਰ ਸੜ ਰਿਹਾ ਹੈ ਸ਼ਹਿਰ ਨੂੰ ਅੱਗ ਲੱਗੀ ਸ਼ਹਿਰ ਜਲ ਰਿਹਾ ਹੈ ਤੇ ਉਸ ਅੱਗ ਨੂੰ ਬੁਝਾਉਣ ਵਾਸਤੇ ਜਿਹੜੀ ਫਾਇਰ ਬ੍ਰਿਗੇਡ ਆ ਦਮਕਨ ਵਭਾਗ ਜਿਹੜਾ ਅਸੀਂ ਉੱਥੇ ਕਹਿ ਦਿੰਨੇ ਕਈ ਵਾਰੀ ਉਹ ਜਿਹੜਾ ਡਿਪਾਰਟਮੈਂਟ ਆਫ ਫਾਇਰ ਵਾਲਾ ਫਾਇਰ ਬ੍ਰਿਗੇਡ ਹੈ ਉਹ ਪੂਰੇ ਦੀ ਪੂਰੀ ਜਿਹੜੀ ਐਫਰਟ ਪਾ ਰਹੀ ਹੈ ਬੜਾ ਵੱਡਾ ਅਮਲਾ ਫੈਲਾ ਉਹਨਾਂ ਦਾ ਦੇ ਹੈਵ ਐਕਚੁਅਲੀ ਲੋਟ ਆਫ ਰਿਸੋਰਸਸ ਦੇ ਹੈਵ ਅ ਲੋਟ ਆਫ ਫੋਰਸਸ ਦੇ ਹੈਵ ਅ ਲੋਟ ਆਫ ਐਕਚੁਅਲੀ એનર્ਜੀ ਐਂਡ ਦੇ ਆਰ ਪੁੱਟਿੰਗ 100% ਐਂਡ ਸਟਿਲ ਉਹ ਜਿਹੜੀ ਆਗਿਆ ਉਹ ਵੱਧਦੀ ਜਾ ਰਹੀ ਹੈ ਉਹ ਹੋਰ ਜ਼ਿਆਦਾ ਉਸ ਰੂਪ ਦੇ ਚ ਉਥੇ ਕੀ ਹੈ ਕਿ ਇੱਕ ਸ਼ਖਸ ਦੇਖਦਾ ਹੈ ਵੀ ਸਾਰਾ ਦਮਕਨ ਵਾਲੇ ਲੱਗੇ ਨੇ ਸਾਰਾ ਫਾਇਰ ਬ੍ਰਿਗੇਡ ਲਗਾਇਆ ਇਹਨਾਂ ਅਮਲਾ ਫੈਲਾ ਇੱਕ ਛੋਟਾ ਜਿਹਾ ਪੰਛੀ ਬਰਡ ਆ ਚਿੜੀ ਉਸ ਪੈਰੋ ਜਿਹੜੀ ਹੈ ਉਹ ਕੀ ਕਰ ਰਹੀ ਹੈ ਕਿ ਉਹ ਬੜੀ ਜਿਹੜਾ ਹੈਗਾ ਤੇਜ਼ੀ ਦੇ ਨਾਲ ਇੱਕ ਨਾਲ ਵਾਲੀ ਲੇਕ ਵਿੱਚ ਜਾਂਦੀ ਹੈ ਉਸ ਲੇਕ ਦੇ ਵਿੱਚੋਂ ਇੱਕ ਚੁੰਝ ਪਾਣੀ ਦੀ ਭਰਦੀ ਹੈ ਤੇ ਉਹ ਭਰ ਕੇ ਆ ਕੇ ਉਸ ਪਾਣੀ ਦੇ ਉਸ ਅੱਗ ਦੇ ਉੱਤੇ ਪਾ ਦਿੰਦੀ ਹੈ ਫਿਰ ਦੁਬਾਰਾ ਜਾਂਦੀ ਹੈ ਉਹ ਲਗਾਤਾਰ ਲੱਗੀ ਹੋਈ ਐ ਉਹਦੀ ਚੁੰਝ ਚ ਕਿੰਨਾ ਕੁ ਪਾਣੀ ਆ ਜਾਂਦਾ ਹੋਏਗਾ ਥੋੜਾ ਜਿਹਾ ਸਾਹ ਚੜਿਆ ਪੈ ਥੱਕ ਰਹੀ ਐ ਉਹ ਪਰ ਲੱਗੀ ਐ ਉਹ ਸ਼ਖਸ ਵੇਖਣ ਵਾਲਾ ਸੋਚਦਾ ਕਮਾਲ ਆ ਇਹ ਕਮਲੀ ਐ ਅਸਲ ਵਿੱਚ ਪਾਗਲ ਐ ਉਹ ਚਿੜੀ ਨੂੰ ਆਵਾਜ਼ ਮਾਰ ਕੇ ਕਹਿੰਦਾ ਹੈ ਵੀ ਕੀ ਕਰ ਰਹੀ ਐ ਉਹ ਕਹਿੰਦੀ ਤੈਨੂੰ ਨਹੀਂ ਦਿਸਦਾ ਸ਼ਹਿਰ ਸੜ ਰਿਹਾ ਅੱਗ ਲੱਗੀ ਐ ਅੱਗ ਬੁਝਾ ਰਹੀ ਆ ਉਹ ਕਹਿੰਦਾ ਨਹੀਂ ਨਹੀਂ ਉਹ ਤੇ ਪਤਾ ਐ ਮੈਨੂੰ ਪਰ ਤੂੰ ਕੀ ਕਰ ਰਹੀ ਮੈਨੂੰ ਇਹ ਨਹੀਂ ਸਮਝ ਲੱਗੀ ਅੱਗ ਬੁਝਾਉਣ ਵਾਸਤੇ ਤੇ ਪੂਰਾ ਫਾਇਰ ਡਿਪਾਰਟਮੈਂਟ ਲੱਗਾ ਉਹ ਕਰ ਰਿਹਾ ਐਫਰਟ ਕਰ ਰਿਹਾ ਤੇ ਤੂੰ ਇਹ ਸਾਰੇ ਦੇ ਵਿੱਚ what do you want to show over here ਤੂੰ ਦਿਖਾਣਾ ਕੀ ਚਾਹੁੰ ਤੂੰ ਕਰਨਾ ਕੀ ਚਾਹਨੀ ਹੈ ਉਹ ਕਹਿੰਦੀ ਏ ਤੂੰ ਕੀ ਕਹਿਣਾ ਚਾਹਨਾ ਹੈ ਉਹ ਕਹਿੰਦਾ ਮੈਂ ਤੈਨੂੰ ਦੱਸਣਾ ਚਾਹਨਾ ਕਿ ਜੇ ਇਹ ਸਾਰੇ ਫਾਇਰ ਡਿਪਾਰਟਮੈਂਟ ਤੋ ਅਗਰੇ ਨਾ ਬੁਝਰੇ ਤੇ ਤੇਰੀ ਚੁੰਝ ਦੇ ਚ ਆਏ ਪਾਣੀ ਨਾਲ ਵੀ ਨਹੀਂ ਬੁਝਣੀ ਫੋਰਗੇਟ ਅਬਾਊਟ ਇਟ ਐਂਡ ਡੂ ਯੂਰ ਓਨ ਬਿਜ਼ਨਸ ਗੋ ਅਵੇ ਉਸ ਨੂੰ ਕਹਿੰਦੀ ਏ ਕਹਿੰਦੀ ਤੂੰ ਕੀ ਸਮਝਦਾ ਮੈਨੂੰ ਪਾਗਲਾ ਮੈਨੂੰ ਪਤਾ ਨਹੀਂਗਾ ਕਿ ਮੇਰੀ ਚੁੰਝ ਵਿੱਚ ਇੱਕ ਪਾਣੀ ਪਾਣ ਦੇ ਨਾਲ ਇਸ ਲਿਆਣ ਦੇ ਨਾਲ ਇਹ ਅੱਗ ਬੁਝੇਗੀ ਨੋ ਵਾਈ ਮੈਨੂੰ ਪਤਾ ਹੈ ਟੋਟਲੀ ਆਮ ਸ਼ੋਰ ਦੈਟ ਇਟਸ ਨੋਟ ਗੋਣਾ ਹਾਪਨ ਲਾਈਕ ਦੈਟ ਪਰ ਕਹਿੰਦੀ ਗੱਲ ਇਹ ਹੈ ਵੀ ਤੈਨੂੰ ਇੱਕ ਹੋਰ ਚੀਜ਼ ਦਾ ਨਹੀਂ ਪਤਾ ਉਹ ਕਹਿੰਦਾ ਉਹ ਕੀ ਹੈ ਕਹਿੰਦੀ ਕੱਲ ਨੂੰ ਇਸ ਸ਼ਹਿਰ ਦਾ ਇਤਿਹਾਸ ਲਿਖਿਆ ਜਾਣਾ ਹਿਸਟਰੀ ਲਿਖੀ ਜਾਣੀ ਆਪ ਭਗਤ ਕਰਨ ਅਵਰਹਿ ਭਗਤ ਕਰਾਵਣ ਆ ਦੇਖੋ ਗੱਲ ਇਹ ਅੱਜ ਸਿੱਖੀ ਦਾ ਮਾਣ ਸਾਨੂੰ ਸਾਡੇ ਬਜ਼ੁਰਗਾਂ ਤੇ ਆ ਅਸੀਂ ਬਹੁਤ ਜਿਹੜਾ ਹੈ ਇਸ ਤਰੀਕੇ ਨਾਲ ਉੱਚਾ ਗਰਦਨ ਕਰਕੇ ਕਹਿੰਨੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚੇ ਆ ਅਸੀਂ ਉੱਚੀ ਮਾਣ ਕਰਕੇ ਕਹਿੰਨੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜਾ ਉਹ ਸਾਡੇ ਪੁਰਵਜ ਨੇ ਅਸੀਂ ਕਹਿੰਨੇ ਅਸੀਂ ਭਾਈ ਮਣੀ ਸਿੰਘ ਦੇ ਨਾਲ ਆਪਣੇ ਆਪ ਨੂੰ ਜਿਹੜਾ ਹੈਗਾ ਐਸੋਸੀਏਟ ਕਰਦੇ ਆ ਅਸੀਂ ਕਹਿੰਨੇ ਆ ਸਾਡਾ ਪਛੋਕੜ ਆ ਭਾਈ ਕੌਣ ਸਿੰਘ ਨਾਬਾ ਨਾਲ ਡੱਕ ਜੁੜਦਾ ਹੈਗਾ ਅਸੀਂ ਕਹਿੰਨੇ ਆ ਅਸੀਂ ਉਹ ਹੈਗੇ ਆ ਜਿਨ੍ਹਾਂ ਨੇ ਇਸ ਤਵਾਰੀਖ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਉਹ ਫਸਟ ਵਰਲਡ ਵਾਰ ਜੋ ਸੈਕੰਡ ਵਰਲਡ ਵਾਰ ਦੇ ਵਿੱਚ ਮਤਲਬ ਇਸ ਇਹ ਸਾਨੂੰ ਇਸੀ ਇਸ ਚੀਜ਼ ਨੂੰ ਆਪਣੇ ਆਪ ਨੂੰ ਜੋੜਦੇ ਆ ਭਾਈ ਗੱਲ ਇਹ ਹੈ ਆਉਣ ਵਾਲੀਆਂ ਪੁਸ਼ਤਾ ਵੀ ਆਖਰਕਾਰ ਪਿੱਛੇ ਮੁੜ ਕੇ ਦੇਖਣ ਗਈਆਂ ਚਲੋ ਇੱਕ ਜਨਰਲ ਵੱਡੇ ਲੈਵਲ ਤੇ ਨਾ ਦੇਖੋ ਪਰਿਵਾਰਕ ਤੌਰ ਤੇ ਦੇਖੋ ਤੇ ਪਰਿਵਾਰਕ ਰੂਟਸ ਦੇ ਵਿੱਚ ਮੈਂ ਬਾਤ ਕਰਦਾ ਆ ਤੇ ਅਕਸਰ ਗੱਲਾਂ ਹੁੰਦੀਆਂ ਇਹਦੇ ਬਾਬਤ ਓਕੇ ਆਪਣੇ ਪਰਿਵਾਰ ਬਾਰੇ ਦੱਸੋ ਕੁਝ ਹੁਣ ਤੇ ਬੱਚੇ ਮਾਫੀ ਚਾਹਾਂਗਾ ਮੈਂ ਗੱਲ ਕਰ ਰਿਹਾ ਪੀਪਲ ਐਕਚੁਅਲੀ ਸਪੈਸ਼ਲੀ ਯੰਗਸਟਰਸ ਵੈਨ ਦੇ ਡੇਟ ਸਮਵਨ ਦੇ ਟ੍ਰਾਈ ਟੂ ਆਸਕ ਹਾਊਜ਼ ਯਰ ਫੈਮਿਲੀ ਹਾਊਜ਼ ਯਰ ਫੈਮਿਲੀ ਬੈਕਗਰਾਉਂਡ ਕੈਨ ਯੂ ਟੈਲ ਮੀ ਕੋਈ ਐਸਾ ਤੇ ਨਹੀਂ ਫੈਮਿਲੀ 'ਚ ਕੋਈ ਪਿੱਛੋ ਜੈਨੇਟਿਕਲੀ ਸਿਕਨੈਸ ਆ ਰਹੀ ਹੋਏ ਕੋਈ ਬਿਮਾਰੀ ਹੋਏ ਕੋ ਮੈਂਟਲ ਹੈਲਥ ਦਾ ਇਸ਼ੂ ਹੋਏ ਹੋਰ ਆਈ ਡੋਨਟ ਵਾਂਟ ਟੂ ਐਕਚੁਅਲੀ ਡੀਲ ਵਿਦ ਥੈਟ टेल मी हाउ इज योर फादर हाउ इज योर मदर हाउ इज योर ग्रैंडफादर ग्रैंड मदर हाउ इज योर एक्चुअली ਮਟਰਨਲ ਸਾਈਟ ਐਂਡ ਉਹ ਸਭ ਚੀਜ਼ਾਂ ਦੇ ਬਾਰੇ ਹੁਣ ਤੇ ਅਵੇਅਰਨੈਸ ਆ ਰਹੀ ਨਾ ਪਤਾ ਕਰੋ ਪਿੱਛੋਂ ਕਿੱਥੋਂ ਆ ਰਿਹਾ ਤੇ ਅਸੀਂ ਕੀ ਸੋਚਦੇ ਆ ਆਉਂਦੇ ਸਮੇਂ ਸਾਡੇ ਬਾਰੇ ਨਹੀਂ ਪੁੱਛਿਆ ਜਾਏਗਾ ਇਹ ਨਹੀਂ ਪੁੱਛਿਆ ਜਾਏਗਾ ਸਾਡੇ ਆਫਸਪ੍ਰਿੰਗਸ ਨੂੰ ਸਾਡੇ ਸਿਬਲਿੰਗਸ ਨੂੰ ਇਹ ਤਾਂ ਆਪਣੇ ਭੈਣ ਭਰਾਵਾਂ ਬਾਰੇ ਦੱਸੋ ਇਹਨਾਂ ਚੀਜ਼ਾਂ ਬਾਰੇ ਦੱਸੋ ਜਿਹੜੀ ਆਪ ਭਗਤ ਕਰਨ ਅਵਰਾ ਭਗਤ ਕਰਾਉਣਿਆਂ ਆਪਣੇ ਜੀਵਨ ਨੂੰ ਸੰਭਾਲੋ ਕਿਉਂਕਿ ਤੁਸੀਂ ਇਕੱਲੇ ਨਹੀਂ ਤੁਹਾਡੇ ਨਾਲ ਮਨੁੱਖਤਾ ਜੁੜੀ ਹੈ ਅੱਜ ਕੋਵਿਡ-19 ਤੋਂ ਬਹੁਤ ਕੁਝ ਲਰਨ ਕਰਨ ਵਾਲਾ ਹੈ ਆਪਣੀ ਸੰਭਾਲ ਕਰੋ ਤਾਂ ਕਿ ਤਾਂ ਕਿ ਦੂਜਿਆਂ ਦਾ ਬਚਾਅ ਹੋ ਸਕੇ ਯੂ ਮਾਈਟ ਡੋਨਟ ਹੈਵ ਐਨੀ ਇਸ਼ੂ ਵਿਦ ਕੋਵਿਡ-19 ਤੁਹਾਡੀ ਬਾਡੀ ਚ ਹੈਜੀ ਇਮਿਊਨਿਟੀ ਹੋ ਇਸ ਤਰੀਕੇ ਨਾਲ ਬਟ ਇਫ ਯੂ ਆਰ ਕੈਰੀਅਰ ਆਫ ਕੋਵਿਡ-19 ਐਂਡ ਯੂ ਆਰ ਜਸਟ ਸਪਰੈਡਿੰਗ ਹੇਅਰ ਐਂਡ ਥੇਰ ਦੈਨ ਦੈਟਸ ਨੋਟ ਗੁੱਡ ਟ੍ਰਾਈ ਟੂ ਟੇਕ ਕੇਅਰ ਆਫ ਯੂਰਸੈਲਫ ਪੁੱਟ ਪ੍ਰੋਪਰ ਮਾਸਕ ਯੂਜ਼ ਪ੍ਰੋਪਰ ਹਾਈਜੀਨਸ ਯੂ ਟ੍ਰਾਈ ਟੂ ਯੂਜ਼ ਪ੍ਰੋਪਰ ਐਕਚੁਅਲੀ ਸੋਸ਼ਲ ਡਿਸਟੈਂਸਿੰਗ ਸੋ ਦੈਟ ਇਹ ਚੀਜ਼ਾਂ ਜਿਹੜੀਆਂ ਇਹ ਛੋਟੀਆਂ-ਛੋਟੀਆਂ ਚੀਜ਼ਾਂ ਇਸ ਕਰਕੇ ਅਸੀਂ ਦੂਜੇ ਦੀ ਕੇਅਰ ਕਰਦੇ ਹਾਂ ਅਸੀਂ ਦੂਜੇ ਦੇ ਭਲੇ ਵਾਸਤੇ ਅਗਰਸਰ ਹੋਣਾ ਇਹ ਸਾਰੀਆਂ ਬਾਤਾਂ ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ ਸੀਗਾ ਉਹ ਜ਼ਿਕਰ ਕਰਦੀ ਕਹਿੰਦੀ ਮੈਨੂੰ ਪਤਾ ਆ ਮੇਰੀ ਚੁੰਝ ਚ ਪਾਣੀ ਪਾ ਕੇ ਡੋਲਨ ਨਾਲ ਅੱਗ ਨਹੀਂ ਬੁਝ ਜਾਣੀ ਪਰ ਸ਼ਾਇਦ ਤੈਨੂੰ ਨਹੀਂ ਪਤਾ ਕੱਲ ਨੂੰ ਇਸ ਸ਼ਹਿਰ ਦੀ ਹਿਸਟਰੀ ਲਿਖੀ ਜਾਏਗੀ ਜਦੋਂ ਹਿਸਟਰੀ ਲਿਖੀ ਜਾਏਗੀ ਲੋਕ ਪੁੱਛਣਗੇ ਦੱਸੋ ਕੌਣ ਕੌਣ ਅੱਗ ਲਾਣ ਵਾਲੇ ਵਾਸਤੇ ਸੀ ਤੇ ਕੌਣ ਕੌਣ ਅੱਗ ਬੁਝਾਉਣ ਵਾਲੇ ਵਾਸਤੇ ਸੀਗੇ ਮੇਰਾ ਨਾਂ ਅੱਗ ਲਾਣ ਵਾਲਿਆਂ ਚ ਨਹੀਂ ਆਏਗਾ ਮੇਰਾ ਨਾਂ ਅੱਗ ਲਾ ਕੇ ਜਾਂ ਅੱਗ ਬਲਦੀ ਹੋਈ ਨੂੰ ਵੇਖ ਕੇ ਤਮਾਸ਼ਾ ਵੇਖਣ ਵਾਲਿਆਂ ਚ ਵੀ ਨਹੀਂ ਆਏਗਾ ਮੈਂ ਤਮਾਸ਼ਬੀਨ ਵੀ ਨਹੀਂ ਹਾਂ ਮੈਂ ਉਸ ਲੈਵਲ ਤੇ ਕਲਪਰੇਟ ਵੀ ਨਹੀਂ ਹੈਗੀ ਹਾਂ ਮੈਂ ਇਸ ਸ਼ਹਿਰ ਦੀ ਸੇਵियर ਬਣਨ ਵਾਸਤੇ ਐਫਰਟ ਪਾ ਰਹੀ ਆਂ ਆચી ਜਿਹੜੀ ਹੈ ਨਾ ਇਹ ਚੁਆਇਸਸ ਨਹੀਂ ਕਈ ਵਾਰ ਬੰਦਾ ਸੋਚਦਾ ਹੈ ਮੇਰੀ ਇਸ ਚੁਆਇਸ ਨਾਲ ਕਿੰਨਾ ਕੁ ਫਰਕ ਪੈ ਜਾਏਗਾ ਭਾਈ ਬੜਾ ਫਰਕ ਪੈ ਜਾਏਗਾ ਇੱਕ ਤੋਂ ਬਾਅਦ ਦੋ ਦੋ ਤੋਂ ਬਾਅਦ ਤਿੰਨ ਤਿੰਨ ਤੋਂ ਬਾਅਦ ਚਾਰ ਇਸ ਕਿਸਮ ਦੀਆਂ ਚੁਆਇਸਸ ਕਰਦਿਆਂ ਕਰਦਿਆਂ ਹੀ ਸੋਸ਼ਲ ਸਟਰਕਚਰਸ ਖੜੇ ਹੁੰਦੇ ਨੇ ਪਰ ਜੇ ਬੰਦਾ ਕੂੜ ਵਾਲੇ ਪਾਸੇ ਤੁਰ ਹੀ ਜਾਏਗਾ ਕਿਸੇ ਨੂੰ ਤਾਂ ਸਾਈਕਲ ਬ੍ਰੇਕ ਕਰਨਾ ਪਏਗਾ ਨਾ ਮੈਂ ਰੀਸੈਂਟਲੀ ਇੱਕ ਬੜੇ ਪਿਆਰੇ ਬੱਚੇ ਦੇ ਨਾਲ ਇਹਨਾਂ ਦੇ ਨਾਲ मेरी टॉक uh, थेरेपी हो रही है बहुत प्यारा बच्चा है पिछु फैमिली चो काफ़ी कुछ आ रहा है एक्चुअली ही इज होल्डिंग ए रिली बिग बैगेज एंड ही इज टोटली सफरिंग इज़ ए विक्टिम ऑफ ऑल एक्चुअली फैमिली इशूज़ हूँ एक लैवल तो आया जिथे आके वही कह रहे हैं कि यू you नो know, मेरे दो तरीके कोके तो है कि जोड़ा फैमिली एक ट्रडिशनल कोपिंग मकैनिज़म हैगा स्ट्रैस के न ड्रग्स अल्कोहल, ऑल दीज थिंग्स। आई कैन डू दैट बट एट द सेम टाइम आई हैव कंप्लीट एक्चुअली अवेयरनेस दे वर यूजिंग दिस कोपिंग मकैनिजम टू एक्चुअली गैट सम काइंड ऑफ बैटरमेंट बट एट द सेम टाइम दे आर गोइंग टू अट ਰੋਂਗ ਸਾਈਡ ਜ਼ਿੰਦਗੀ ਹੋਰ ਖਰਾਬ ਹੋ ਗਈ ਨਰਕ ਬਣ ਗਈ ਸਿਹਤ ਚਲੇ ਗਈ ਫਾਈਨੈਂਸ਼ਲੀ ਫਿਜ਼ੀਕਲੀ ਸਭ ਚੀਜ਼ਾਂ ਦੇ ਵਿੱਚ ਹੁਣ ਮੈਂ ਸੋਚਦਾ ਇੱਕ ਤੇ ਆ ਹੈਗਾ ਐਵੇਨਿਊ ਇਹਨੂੰ ਫੋਲੋ ਕਰ ਸਕਦਾ ਦੂਸਰਾ ਇਹ ਹੈਗਾ ਮੈਂ ਸਾਈਕਲ ਬ੍ਰੇਕ ਕਰ ਦੇਣਾ ਬਟ ਆਈ ਡੋਨਟ ਥਿੰਕ ਐਨੀ ਬੈਨੀਫਿਟ ਬਾਈ ਐਕਚੁਅਲੀ ਬ੍ਰੇਕਿੰਗ ਦਾ ਸਾਈਕਲ ਲਾਈਫ ਇਜ਼ ਵੈਰੀ ਸ਼ਾਰਟ ਵਨ ਡੇ ਆਮ ਗੋਣਾ ਡਾਈ ਐਂਡ ਵਾਈ ਡੂ ਆਈ ਐਕਚੁਅਲੀ uh suffer from these kind of stress stressors if i have access to drink access to actually some kind of uh, drugs i think i should use kaade <laughs> layi aiven apne aap nu jehda tang vi karanga nashe ton vi dur jaavanga sharab peeni chhadanga te hor zyada jehda mann bother karega is karke theek hai apna pee ke raat nu neend aa jandi vadiya theek hai chali ja hone gall ho gayi main keha bilkul theek hai ਉਹਨਾਂ ਦੀ ਗੱਲ ਵਿੱਚੋਂ ਹੀ ਗੱਲ ਜਿਹੜੀ ਐਡ ਹੋਈ ਮੈਂ ਕਿਹਾ ਗੱਲ ਇਹ ਹੈ ਕਿ ਜਿਹੜੇ ਉਹ ਸਟ੍ਰੈਸਰਸ ਨੇ ਜਿਹੜਾ ਉਹ ਸਾਰਾ ਮਾਹੌਲ ਆ ਉਹ ਸਾਰਾ ਓਵਰਲੈਪ ਕਰ ਰਿਹਾ ਓ ਜਿੱਤਰਿਆ ਲਗਾਤਾਰ ਹੁਣ ਤੇਰੇ ਸਾਹਮਣੇ ਵੀ ਚੁਆਇਸ ਆ ਇਹ ਕੱਲ ਆਪਣੇ ਵਾਸਤੇ ਨਹੀਂ ਹੁੰਦਾ ਇਹ ਸਾਈਕਲ ਆ ਰਿਹਾ ਕੱਲ ਨੂੰ ਤੇਰੇ ਆਪਣੇ ਬੱਚੇ ਨਹੀਂ ਤੇਰੇ ਨੇਫਿਊਜ਼ ਹੋਣਗੇ ਤੇਰੀਆਂ ਨੀਸਸ ਹੋਣਗੀਆਂ ਹੋਰ ਤੇਰੀ ਫਰਦਰ ਫੈਮਿਲੀ ਐਕਸਟੈਂਸ਼ਨ ਹੋਏਗੀ ਸਾਰੇ ਦੀ ਸਾਰੇ ਦੀ ਜਦੋਂ ਸਾਰੇ ਜਿਵੇਂ ਆਪਾਂ ਗੱਲ ਕਰ ਰਹੇ ਐਵੇਂ ਗੱਲਾਂ ਕਰਿਆ ਕਰਨਗੇ ਆਖਰਕਾਰ ਕਿਸੇ ਨੂੰ ਤਾਂ ਸਾਈਕਲ ਬ੍ਰੇਕ ਕਰਨਾ ਪਏਗਾ ਨਾ ਆਪਾਂ ਕਰਦੇ ਆ ਲੈਟਸ ਟ੍ਰਾਈ ਚੋਇਸ ਆ ਆਪਾਂ ਚੋਇਸ ਡਿਫਰੈਂਟ ਕਰਕੇ ਦੇਖਦੇ ਆ ਤੇ ਚੇਤੇ ਰੱਖੀ ਵੈਨ ਵੀ ਡੂ ਐਚਲੀ ਡਿਫਰੈਂਟ ਚੋਇਸਸ ਵੈਨ ਵੀ ਐਚਲੀ ਚੂਜ਼ ਡਿਫਰੈਂਟ ਪਾਥ ਇਟ ਮੇਕ ਡਿਫਰੈਂਸਸ ਇਹ ਵੱਡੇ ਲੈਵਲ ਤੇ ਫਰਕ ਪਾਉਂਦੇ ਨੇ ਇਹ ਫਰਕ ਕ੍ਰੀਏਟ ਕਰਦੇ ਨੇ ਉਸ ਤਰੀਕੇ ਨਾਲ ਪਰ ਗੁਰੂ ਬਾਬਾ ਜੀ ਕਹਿੰਦੇ ਜਿਹਦੇ ਕੋਲੇ ਜਾਂਚ ਨਹੀਂ ਜਿੰਨੂੰ ਇਹ ਅਹਿਸਾਸ ਨਹੀਂ ਇੱਕ ਕੂੜ ਲੱਗੇ ਕੂੜ ਨਾਲ ਲੱਗੇ ਐਸੋਸੀਏਟ ਕੂੜ ਨਾਲ ਕਰ ਲਿਆ ਆਪਣੇ ਆਪ ਨੂੰ ਫਿਰ ਕੂੜੇ ਫਲ ਪਾਏ ਫਿਰ ਸ਼ਿਕਾਇਤ ਕਾਦੀ ਗਾਰਬੇਜ ਇਨ ਗਾਰਬੇਜ ਆਊਟ ਜੇ ਬੀਜ ਹੀ ਮਾੜੇ ਬੀਜ ਰਹੇ ਆ ਪਿਛਲਿਆਂ ਨੂੰ ਤੇ ਕਹਿ ਰਹੇ ਆ ਕਿ ਉਹਨਾਂ ਨੇ ਬਾੜੇ ਬੀਜ ਬੀਜੇ ਸੀਗੇ ਓਹੋ ਉਹਦੇ ਫਲ ਮਾੜੇ ਵੱਢਣੇ ਪੈ ਰਹੇ ਨੇ ਕੋਈ ਗੱਲ ਨਹੀਂ ਹੁਣ ਹੁਣ ਆਪਾਂ ਬੀਜ ਚੰਗੇ ਬੀਜਦੇ ਆ ਆਉਂਦੇ ਸਮੇਂ ਅੱਜ ਦੁਨੀਆ ਬਦਲੀ ਐ ਕਦੀ ਐਸਾ ਸਮਾਂ ਹੁੰਦਾ ਸੀਗਾ ਆਪ ਨੂੰ ਸ਼ਤ ਪਤਾ ਹੋਏਗਾ ਇੱਕ ਜਨਰੇਸ਼ਨ ਫਲ ਵਾਲੇ ਫਰੂਟ ਟਰੀਜ਼ ਲਾਉਂਦੀ ਹੁੰਦੀ ਸੀ ਹਾਲਾਂਕਿ ਅਜੇ ਵੀ ਕੁਝ ਬੂਟੇ ਇਹੋ ਜਿਹੇ ਹੈਗੇ ਨੇ ਜਿਵੇਂ ਇੱਥੇ ਸਾਡੇ ਕੋਲ ਜਿਹੜੇ ਹੁੰਦੇ ਨੇ ਅਖਰੂਟ ਵਾਲਨਟਸ ਇਹ ਜਿਹੜੀ ਜਨਰੇਸ਼ਨ ਲਾਉਂਦੀ ਉਹ ਨਹੀਂ ਖਾਂਦੀ ਨਾ 25 30 ਸਾਲ ਦਾ ਬੂਟਾ ਮੈਚੂਰ ਹੁੰਦਾ ਤਾਂ ਜਾ ਕੇ ਉਹਨੂੰ ਫਲ ਪੈਂਦਾ ਜਿਹੜੀ ਜਨਰੇਸ਼ਨ ਲਾਉਂਦੀ ਏ ਉਹ ਸਿਰਫ ਉਹ ਲਾ ਕੇ ਟੇਕ ਕੇਅਰ ਹੀ ਕਰਦੀ ਓਦੀ ਅਗਲੀ ਜਨਰੇਸ਼ਨ ਉਹਨੂੰ ਖਾਂਦੀ ਏ ਤੇ ਕਈ ਇਹੋ ਜਿਹੇ ਵੀ ਨੇ ਜਿਹੜੇ ਇੱਕ ਜਨਰੇਸ਼ਨ ਲਾਉਂਦੀ ਉਹ ਸਿਰਫ ਉਹਨਾਂ ਨੂੰ ਥੋੜਾ ਜਿਹੜਾ ਹੈਗਾ ਉਹਨਾਂ ਨੂੰ ਸਰਵਾਈਵ ਕਰਨ ਦੇ ਲੈਵਲ ਤੇ ਲਿਉਂਦੀ ਦੂਸਰੀ ਉਹਨਾਂ ਨੂੰ ਗਰੋ ਕਰਾਉਂਦੀ ਤੀਸਰੀ ਜਨਰੇਸ਼ਨ ਜਾ ਕੇ ਫਿਰ ਉਹਨੂੰ ਜਿਹੜਾ ਹੈਗਾ ਫਲ ਖਾਣ ਵਾਸਤੇ ਤਿਆਰ ਕਰਦੀ ਤੇ ਗੁਰੂ ਬਾਬਾ ਜੀ ਗੁਰੂ ਬਾਬਾ ਜੀ ਤਾਂ ਕਮਾਲ ਕਰ ਦਿੱਤੇ ਤੁਸੀਂ ਦੇਖੋ ਨਾ ਇੱਕ ਜਨਰੇਸ਼ਨ 2 3 4 5 6 7 ਅਟ ਨੋ 10 ਜਨਰੇਸ਼ਨਸ ਕੰਪਲੀਟਲੀ ਫਿਰ ਫਿਰ ਉਹ ਫਰੂਟ ਲੱਗਣਾ ਸ਼ੁਰੂ ਹੋਇਆ ਖਾਲਸੇ ਮੈਂ ਹਾਂ ਕਰੋ ਨਿਵਾਸ ਉਹ ਜਿਹੜੀ ਚੀਜ਼ ਆ ਦੇਖੋ ਫਿਰ ਫਰੂਟ ਕੈਸਾ ਆ ਮਤਲਬ ਕਦੀ ਦੁਨੀਆ ਓਨੈਸਟ ਹੋਏਗੀ ਤੇ ਵਾਚ ਕਰੇਗੀ ਆ ਇਸ ਚੀਜ਼ ਨੂੰ ਐਨਾਲਿਸਿਸ ਕਰੇਗੀ ਕਿ ਕਮਾਲ ਆ ਕਦੀ ਧਰਤੀ ਤੇ ਉਹ ਲੋਕ ਵੀ ਆਮਦ ਆਏ ਜਿਨ੍ਹਾਂ ਨੂੰ ਸਮੁੰਦਰ ਤੋਂ ਲੈ ਕੇ ਤੇ ਉਹ ਜਿਹੜਾ ਹੈਗਾ ਦਰਿਆਏ ਆ ਸਿੰਧ ਤੋਂ ਅਗਲੇ ਪਾਸੇ ਤੱਕ ਬਿਲਕੁਲ ਜਿਹੜਾ ਆ ਈਰਾਨ ਇਰਾਕ ਦੀਆਂ ਉਸ ਘਾਟੀਆਂ ਤੱਕ ਕੋਈ ਇਹੋ ਜੀ ਚੀਜ਼ ਨਾ ਡੁਲਾ ਸਕੀ ਨਾ ਡਗਾ ਸਕੀ ਨਾ ਖਰੀਦ ਸਕੀ ਨਾ ਕੁਝ ਉਹ ਫਲ ਸੀਗਾ ਜਿਹੜਾ ਗੁਰੂ ਨੇ ਪੈਦਾ ਕੀਤਾ ਮਨੁੱਖ ਦੇ ਰੂਪ ਦੇ ਵਿੱਚ ਸੋ ਇਹ ਜੀ ਜੇ ਜੇ ਆਪਾਂ ਸੋਚਦੇ ਆ ਕਿ ਓਕੇ ਆ ਇਹ ਬੀਜ ਜਿਹੜਾ ਹੈਗਾ ਇਹੋ ਜਿਹਾ ਕੋਈ ਪੈਦਾ ਕਰਨਾ ਤੇ ਮੈਂ ਬੇਨਤੀ ਕਰ ਰਿਹਾ ਅੱਜ ਤੇ ਮਾਹੌਲ ਬਦਲ ਗਿਆ ਅੱਜ ਤੇ ਇਹ ਹੈਗਾ ਤੁਸੀਂ ਨਰਸਰੀ ਤੋਂ ਬੂਟਾ ਲੈ ਕੇ ਆਓ ਇਸ ਸਾਲ ਲਗਾਓ ਨੈਕਸਟ ਸਾਲ ਨੈਕਸਟ ਇਅਰ ਯੂ ਕੈਨ ਐਕਚੁਅਲੀ ਟੇਕ ਦਾ ਫਰੂਟ ਤੁਸੀਂ ਫਲ ਲੈ ਸਕਦੇ ਹੈਗੇ ਮਾਹੌਲ ਸਾਰੇ ਪਾਸੇ ਬਦਲ ਗਿਆ ਅੱਜ ਤੇ ਬਿਲਕੁਲ ਸਪਸ਼ਟਤਾ ਦੇ ਨਾਲ ਹੈ ਸਾਰੀਆਂ ਚੀਜ਼ਾਂ ਦੇ ਤੁਹਾਨੂੰ ਰਿਜ਼ਲਟ ਮਿਲ ਰਹੇ ਨੇ ਸਾਹਮਣੇ ਜੇ ਆਪਾਂ ਅੱਜ ਦੀ ਤਾਰੀਖੇ 'ਚ ਦੇਖੀਏ ਆ ਕੋਵਿਡ 19 ਨੂੰ ਲੈ ਲੋ people who were consuming alcohol a lot they are more vulnerable oh zyada un di vulnerability badi hai a jehda hai ga over meat eaters data aa gaya sara maida khann wale bahut zyada sugary salty eh hoje food jinna di food choices theek nahi hagiyan oh zyada vulnerable ne un di immunity kithe low hai ਹੁਣ ਇਸ ਤੋਂ ਵੱਡੀ ਚੀਜ਼ ਕੀ ਹੋ ਸਕਦੀ ਹੈ ਹੁਣ ਹੀ ਬੰਦਾ ਜਾਗਦਾ ਹੈ ਹੁਣ ਹੀ ਅਹਿਸਾਸ ਕਰੇ ਕਿ ਅਸਲ ਵਿੱਚ ਕਿਦ ਨਾਲ ਆਪਣੇ ਆਪ ਨੂੰ ਜਿਹੜਾ ਹੈਗਾ ਮੈਂ ਜੋੜਨਾ ਹੈ ਕੈਰੇਗਨੇਟ ਕਰਨਾ ਹੈਗਾ ਸਾਝ ਪਾਉਣੀ ਹੈਗੀ ਹੈ ਫਿਰ ਇਹਦੇ ਨਾਲ ਹੋਰ ਚੋਇਸਸ ਨੇ ਹੋਰ ਚੋਇਸਸ ਦੇ ਵਿੱਚ ਇਹ ਹੈਗਾ ਕਿ ਜਿੱਥੇ ਲੋਕ ਐਥਿਕਲੀ ਸਟਰੋਂਗ ਹੋਣਗੇ ਉਹ ਪਰਿਵਾਰ ਚੰਗੇ ਰਹਿਣਗੇ ਉਹ ਇੰਡੀਵਿਜੂਅਲਸ ਖੁਸ਼ਹਮਾ ਜੀਵਨ ਜੀਣਗੇ ਜਿੱਥੇ ਲੋਕ ਐਥਿਕਲੀ ਕਰਪਟ ਹੋ ਜਾਣਗੇ ਪ੍ਰਿੰਸੀਪਲ ਸਾਈਡਸ ਤੋਂ ਡਾਊਨ ਚਲੇ ਜਾਣਗੇ ਜੀਵਨ ਬਿਨਾ ਸ਼ੱਕ ਜਿੰਨਾ ਮਰਜੀ ਪ੍ਰੋਸਪਰ ਹੋ ਜਾਏ ਆਖਰਕਾਰ ਬਰਬਾਦੀ ਤਬਾਈ ਸਾਹਮਣੇ ਦਿਸੇਗੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੁਣ ਗੱਲ ਹੋ ਰਹੀ ਹੈ ਸਪਿਰਚੁਅਲਿਟੀ ਦੀ ਭਾਈ ਆਪਣੇ ਆਪ ਨੂੰ ਅਧਿਆਤਮਿਕ ਤਲਤੇ ਉਜਾਗਰ ਕਰੋ ਜੋੜੋ ਉਹਦੇ ਨਾਲ ਬੰਦਾ ਚੜ੍ਹਦੀ ਸਵੇਰ ਉੱਠੇ ਮਨ ਦੇ ਚ ਸਾਰੇ ਦਿਨ ਦੀ ਪਲਾਨਿੰਗ ਬਣਨੀ ਹੈ ਸਾਰਾ ਰੂਟੀਨ ਸੈੱਟ ਕਰਨੀ ਹੈ ਸਭ ਚੀਜ਼ਾਂ ਉਸ ਵਕਤ ਬੰਦਾ ਦੋ ਪਲ ਬੈਠ ਕੇ ਆਪਣੇ ਗੁਰੂ ਨੂੰ ਯਾਦ ਕਰੇ ਆਪਣੇ ਐਪਰੋਪ੍ਰੀਏਟ ਜਿਹੜੀ ਸਪਿਰਚੁਅਲ ਫੂਡ ਆ ਉਹਨੂੰ ਥੋੜਾ ਉਹਦਾ ਉਹਦਾ ਇਨਟੇਕ ਕਰੇ ਅਹਿਸਾਸ ਕਰੇ ਪੁੰਚੇ ਉਹਨੂੰ ਫਿਰ ਫਿਰ ਉਹਦੇ ਅਕੋਰਡਿੰਗਲੀ ਦੇਖੇ ਪੀਓ ਕੇ ਆ ਚੁਆਇਸਿਸ ਬਣਾਉਣ ਲੱਗਾ ਮੈਂ ਕੂੜ ਦਾ ਪ੍ਰਭਾਵ ਘਟ ਜਾਏਗਾ ਅਦਰਵਾਇਜ਼ ਮੈਂ ਕਿਹਾ ਇੱਕ ਸਟੇਜ ਲੱਗੀ ਹੈ ਕੂੜ ਤੇ ਸੱਚ ਖੁੱਲ ਰਿਹਾ ਤੁਸੀਂ ਚੁਆਇਸ ਬਣਾਉਣੀ ਕਿਹੜੇ ਪਾਸੇ ਜਾਣਾ ਹੈਗਾ ਗੁਰੂ ਬਾਬਾ ਜੀ ਕਹਿੰਦੇ ਕੁਝ ਹੈ ਹੋਜੇ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਪਾਏ ਬਿਰਥਾ ਜਨਮ ਗਵਾਏ ਬਾਣੀ ਨੇ ਇੱਕ ਤੋਂ ਬਾਅਦ ਇੱਕ ਮਸਾਲਾ ਦਿੱਤੀਆਂ ਨੇ ਸ਼ਬਦ ਪੜ੍ਹਦੇ ਆ ਸੀ ਮਹਾਰਾਜ ਕਹਿੰਦੇ ਮਨੋ ਜੇ ਅੰਦੇ ਕੂਪ ਕਹਿਆ ਬਿਰਧ ਨਾ ਜਾਣਣੀ ਭਗਤ ਫਰੀਦ ਜੀ ਨੇ ਇੱਕ ਜਗ ਬਚਨ ਲਿਖਿਆ ਕਹਿੰਦੇ ਫਰੀਦਾ ਕੂ ਕਹਿੰਦੇ ਆ ਚਾਹ ਗਿੰਦੇ ਆ ਮੱਤੀ ਦਿੰਦੇ ਆ ਨਿਤ ਜੋ ਸ਼ੈਤਾਨ ਵਜਾਇਆ ਸਿੱਕਤ ਫੇਰ ਚਿਤ ਬਚਨ ਆਇਆ ਦੂਜੇ ਪਾਏ ਬਿਰਥਾ ਜਨਮ ਗਵਾਏ ਜਦੋਂ ਬੰਦਾ ਇੱਕ ਲੈਵਲ ਤੇ ਆ ਇਤਨੇ ਜਿਹੜਾ ਹੈਗਾ ਜਿਹੜੀ ਗਲਤ ਚੋਇਸ ਆ ਉਹਨੂੰ ਚੁਣਨਾ ਸ਼ੁਰੂ ਕਰ ਦੇਵੇ ਮਹਾਰਾਜ ਕਹਿੰਦੇ ਇਹ ਪੌਸਿਬਿਲਟੀ ਖਤਮ ਹੋ ਜਾਂਦੀ ਕਿ ਜੀਵਨ ਵਿੱਚ ਕੁਝ ਹੋ ਸਕਦਾ ਹੈ ਕਈ ਵਾਰੀ ਜੀਵਨ ਹੀ ਵਿਕਾਰ ਚਲਾ ਜਾਂਦਾ ਸਾਰਾ ਵੇਸਟਸ ਆਫ ਲਾਈਫ ਆਪਾਂ ਆਲਮੋਸਟ ਹਰ ਇੱਕ ਦੂਜੇ ਇਜੇ ਦਿਨ ਗੱਲ ਹੋ ਹੀ ਰਹੀ ਐ ওভারਡੋਸ ਦੀ ਇੱਥੇ ਇਸ ਮੁਲਖ 'ਚ ਹੋਰ ਛੱਡੋ ਇਸ ਮੁਲਖ ਦੀ ਗੱਲ ਕਰਦੇ ਆ ਜਿੱਦੀ ਪੋਪੂਲੇਸ਼ਨ ਔਰ ਲੈਸ ਦਨ ਜਿਹੜਾ ਹੈਗਾ ਆ ਅਰਾਊਂਡ 40 ਬਿਲੀਅਨ ਤੋਂ ਘਟਿਆ 4 ਕਰੋੜ ਤੋਂ ਘਟਾ ਹੈ ਜਿੱਥੇ ওভারਡੋਸ ਦੇ ਨਾਲ ਤੇ ਇਹ ਨਹੀਂ ਕੋਈ ਵਡੇਰੇ ਅੰਡਰਲਾਈਨ ਇਸ਼ੂਸ ਵਾਲੇ ਲੋਕ ਮਰ ਰਹੇ ਯੰਗ ਯੰਗ ਬਲੱਡ ਜਾ ਰਿਹਾ ਇਹ ਸਭ ਤੇ ਸਾਰੇ ਦੇ ਵਿੱਚ ਬਈ ਬਿਰਥਾ ਜਨਮ ਗਵਾਇ ਜਨਮੇ ਬੇਕਾਰ ਕਰ ਲਿਆ ਆਪਣੀ ਸਾਰੀ એનર્ਜੀ ਵੇਸਟ ਕਰ ਲਈ ਉਹਦੀ ਬਾਤ ਕੀਤੀ ਆਪ ਡੂਬੇ ਸਗਲੇ ਕੁਲ ਡੋਬੇ ਆਪ ਤੇ ਮਰੇ ਹੀ ਮਰੇ ਦੂਜਿਆਂ ਨੂੰ ਵੀ ਮਾਰ ਗਏ ਜਦੋਂ ਪਰਿਵਾਰਾਂ ਦੇ ਵਿੱਚ ਦੇਖੋ ਗੁਰੂ ਨਾਨਕ ਸਾਹਿਬ ਨੇ ਸਾਡਾ ਪੂਰਾ ਸੋਸ਼ਲ ਤੇ ਫੈਮਿਲੀ ਸਟਰਕਚਰ ਬਦਲਿਆ ਅਸੀਂ ਸ਼ਬਦ ਪੜ੍ਹਦੇ ਹਾਂ ਸਤਾ ਤੇ ਬਲਵੰਡ ਡੋਮ ਜੀ ਦੀ ਰਚਨਾ ਦੇ ਅੰਦਰ ਉਹ ਕਹਿੰਦੇ ਕਿ ਹਾ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਨ ਪਿਓ ਦਾਦੇ ਜਿਵੇਂ ਹਿਆ ਪੋਤਾ ਪਰਵਾਨ ਕਹਿੰਦੇ ਆ ਉਹ ਤੋਂ ਇੱਕ ਨਵਾਂ ਖਾਨਦਾਨ ਵਿਖਾਉਨੇ ਆ ਖਾਨਦਾਨ ਵੀ ਕੈਸਾ ਆ ਦਾਦੇ ਤੇ ਪੋਤੇ ਦੀ ਉਮਰ 'ਚ ਸਾਰਾ 10 ਸਾਲ ਦਾ ਫਰਕ ਆ ਇੱਥੇ ਦਾਦਾ ਕੌਣ ਹੈ ਗੁਰੂ ਨਾਨਕ ਸਾਹਿਬ ਇੱਥੇ ਪਿਤਾ ਕੌਣ ਹੈ ਗੁਰੂ ਅੰਗਦ ਸਾਹਿਬ ਇੱਥੇ ਪੋਤਾ ਕੌਣ ਹੈ ਗੁਰੂ ਅਮਰਦਾਸ ਸਾਹਿਬ ਇੱਕ ਨਵੀਂ ਪੀੜ੍ਹੀ ਇੱਕ ਨਵਾਂ ਰੂਪ ਪੈਦਾ ਕੀਤਾ ਹੈ। ਕੀ ਸਮਾਜ ਸੋਸਾਇਟੀ ਪਰਿਵਾਰ ਨੂੰ ਬਦਲਣਾ ਹੈ ਇਸ ਤਰੀਕੇ ਨਾਲ ਬਦਲਿਆ ਜਾਏਗਾ? ਵਕਤੀ ਤੌਰ ਤੇ ਕਈ ਵਾਰੀ ਪਰਿਵਾਰਾਂ ਵਿੱਚ ਲੱਗਦਾ ਆ ਕਿ ਓਕੇ ਨੋ 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 ਐਕਚੁਅਲੀ ਆਈ ਵਿਸ਼ ਆਈ ਹੈਡ ਥੈਟ ਕਾਈਂਡ ਆਫ ਡੈਡ ਮਮ ਥੈਟ ਕਾਈਂਡ ਆਫ ਫੈਮਿਲੀ ਥੈਟ ਕਾਈਂਡ ਆਫ ਫੈਮਿਲੀ ਬੈਕਗਰਾਉਂਡ ਲੋਕੀ ਕਈ ਵਾਰੀ ਕਹਿੰਦੇ ਨੇ ਜਿਹੋ ਜਿਹੇ ਸਮਾਜ ਅਸੀਂ ਵਿਚਰਦੇ ਹੈਗੇ ਆ ਜਿਦੇ ਚ ਬੇਈਮਾਨੀ ਦਾ ਬੋਲ ਬਾਲਾ ਹੋਏ ਝੂਠ ਦਾ ਬੋਲ ਬਾਲਾ ਹੋਏ ਜਿੱਦੇ ਚ ਬਹੁਤ ਸਾਰਾ ਚੋਰੀ ਠੱਗੀ ਇਹੋ ਜੀ ਮਤਲਬ ਕਈ ਵਾਰ ਚੀਜ਼ਾਂ ਅਸੀਆਂ ਹੁੰਦੀਆਂ ਨੇ ਗੁਰੂ ਸਾਹਿਬ ਦੀ ਬਾਣੀ ਸੱਚਿਆਰ ਬਣਾਉਂਦੀ ਹੈ ਜਿਹੜੀ ਇੰਟੀਗ੍ਰਿਟੀ ਹੈ ਨਾ ਮਨੁੱਖ ਦੀ ਇਹ ਤੇ ਕਿਸੇ ਤਰੀਕੇ ਦੇ ਨਾਲ ਵੀ ਇਹਨੂੰ ਤੁਸੀਂ ਕੰਪਰੋਮਾਈਜ਼ ਨਹੀਂ ਕਰ ਸਕਦੇ ਸਿੱਖੀ ਕਹਿੰਦੀ ਇਹ ਗਈ ਤੇ ਬੰਦੇ ਦੀ ਰੂਹ ਗਈ ਮੈਨੂੰ ਯਾਦ ਆ ਕੁਝ ਸਾਲ ਪਹਿਲਾਂ ਮੈਂ ਆਂਡੀਆਂ ਸੀਗਾ ਤੇ ਇੱਕ ਉੱਥੇ ਬੜਾ ਨਾਮਵਰ ਕਾਲਜ ਆ ਸਾਡੇ ਸ਼ਹਿਰ ਦੇ ਨੇੜੇ ਉਥੇ ਕਦੀ ਇੱਛਾ ਹੁੰਦੀ ਸੀ ਕਾਸ਼ ਮੈਂ ਉਸ ਕਾਲਜ 'ਚ ਪੜਾਂ ਜਦੋਂ ਕਿਤੇ ਉਹ ਤੋਂ ਅਸੀਂ ਯੂਨੀਵਰਸਿਟੀ 'ਚ ਪੜਦੇ ਸੀਗਾ ਉਹ ਬਾਈ ਚਾਂਸ ਬਾਤ ਐਸੀ ਹੋਈ ਕਿ ਉੱਥੇ ਇੱਕ ਸ਼ਖਸ ਉਹ ਨਾਲ ਮੁਲਾਕਾਤ ਹੋ ਗਈ ਤੇ ਪਤਾ ਲੱਗਾ ਇਹ ਉਸ ਕਾਲਜ ਦੇ ਪ੍ਰੋਫੈਸਰ ਆ ਦੈਟ ਟਾਈਮ ਹੀ ਵਾਸ ਟੀਚਿੰਗ ਥੇਰ ਮੈਂ ਉਹਨੂੰ ਬੜੀ ਰਿਸਪੈਕਟ ਪੇ ਕੀਤੀ ਮੈਂ ਕਿਹਾ ਜੀ ਦੇਖੋ ਤਾਂ ਨੂੰ ਹਨਸ ਲੈਵਲ ਤੇ ਦੱਸਦਾ ਮੈਂ ਤੇ ਟੋਟਲੀ ਆ ਗੌਟ ਮੈਸਮਰਾਇਜ਼ ਬਾਇ ਜਸਲੀ ਲਿਸਨਿੰਗ ਥੈਟ ਯੂ ਆਰ ਪ੍ਰੋਫੈਸਰ ਓਨ ਸਰਟਨ ਥੈਟ ਥੈਟ ਕਾਲਜ ਆਈ ਹੈਡ ਮਾਈ ਡ੍ਰੀਮ ਵਿਚ ਨੇਵਰ ਪੈਚਲੀ ਫੁਲਫਿਲਡ ਥੈਟ ਟਾਈਮ ਬਟ ਆਈ ਹੈਡ ਵੈਨ ਆ ਵਾਸ ਅ ਸਟੂਡੈਂਟ ਤੇ ਇਹੋ ਜੀਆਂ ਗੱਲਾਂ ਬਾਤਾਂ ਹੋਈਆਂ ਖੈਰ ਉਹ ਉਹਨੇ ਬਹੁਤੀ ਕੇਰ ਵੀ ਨਹੀਂ ਕੀਤੀ ਮੈਂ ਹੋਇਆ ਕਈ ਵਾਰ ਆਪੋ ਆਪਣਾ ਹੁੰਦਾ ਇਸ ਤਰੀਕੇ ਦੇ ਨਾਲ ਉਹ ਬਾਅਦ ਚ ਕੁਝ ਹੋਰ ਇੱਕ ਦੋ ਸੱਜਣ ਆ ਗਏ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਲੱਗ ਗਏ ਤੇ ਉਹ ਹੁਣ ਆਪਣੀ ਸ਼ੇਖੀ ਮਾਰ ਰਿਹਾ ਜਿਹਨੂੰ ਕਹਿ ਲੋ ਕਿ ਇੱਕ ਤਰ੍ਹਾਂ ਦੇ ਵਡਿਆਈ ਕਰ ਰਿਹਾ ਤੇ ਉਹ ਗਲੋਰੀਫਾਈ ਪਤਾ ਕਿਸ ਚੀਜ਼ ਨੂੰ ਕਰ ਰਿਹਾ ਉੱਥੇ ਉੱਥੇ ਉਹ ਕਰ ਰਿਹਾ ਦੱਸ ਰਿਹਾ ਉਹ ਕਹਿੰਦਾ ਮੌਜਾਂ ਹੀ ਮੌਜਾਂ ਨੇ ਬਸ ਸਵੇਰੇ ਜਾਈਦਾ ਰਜਿਸਟਰ ਤੇ ਹਾਜ਼ਰੀ ਭਰਤੀ ਦੀਏ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਕੋਈ ਪੁੱਛਣ ਵਾਲਾ ਨਹੀਂਗਾ ਸਾਨੂੰ ਮौज ਕਰੀ ਦੀਏ ਮਰਜੀ ਜਾਈਏ ਮਰਜੀ ਨਾ ਜਾਈਏ ਕੋਈ ਦਿੱਕਤ ਨਹੀਂ ਮੈਂ ਸੋਚ ਰਿਹਾ ਮਾਈ ਗੁੱਡਨੈਸ ਬੰਦੇ ਦੇ ਆਉਗਣ ਇਹ ਤੇ ਜੀਵਨ ਦਾ ਸ਼ਿੰਗਾਰ ਕਦੋਂ ਦੇ ਹੋ ਗਏ ਸ਼੍ਰੀ ਆਮ ਇਹ ਸ਼ਖਸ ਇਹ ਕਹਿ ਰਿਹਾ ਹੈ ਕਿ ਮੈਂ ਬੇਈਮਾਨੀ ਕਰ ਰਿਹਾ ਜਿਹੜੀ ਆ ਚੀਜ਼ ਆ ਜਿਹੜੇ ਗੁਰੂ ਸਾਹਿਬ ਨੇ ਕਿਹਾ ਨਾ ਕਿ ਆਪ ਡੂਬੇ ਸਗਲੇ ਕੁੱਲ ਡੋਬੇ ਹੁਣ ਜਿੱਥੇ ਉੱਥੇ ਕੋਈ ਸ਼ਖਸ ਇਮਾਨਦਾਰੀ ਨਾਲ ਕੰਮ ਕਰਨ ਵਾਲਾ ਕੁਝ ਇਸ ਕਿਸਮ ਦੀਆਂ ਚੀਜ਼ਾਂ ਕਰਨ ਵਾਲਾ ਉਹ ਖੜਾ ਆ ਉਹਨੂੰ ਇੱਕ ਤਰ੍ਹਾਂ ਦਾ ਸ਼ਰਮਸਾਰ ਕੀਤਾ ਜਾ ਰਿਹਾ ਹੈ ਕਿ ਲੈ ਤੈਨੂੰ ਕੀ ਪਤਾ ਸਾਨੂੰ ਪਤਾ ਕਿਸ ਤਰੀਕੇ ਦੇ ਨਾਲ ਇਹ ਹੁਣ ਕੁੱਲ ਡੋਬ ਰਿਹਾ ਹੈ ਐਵੇਂ ਨੀ ਕਲਚਰ ਮਰਦੇ ਐਵੇਂ ਨੀ ਲੋਕਾਂ ਦਾ ਪੂਰ ਦਾ ਪੂਰਾ ਸਮਾਜ ਗਰਕ ਹੋ ਜਾਂਦਾ ਐਵੇਂ ਗਰਕ ਹੁੰਦਾ ਇਹ ਹੈ ਐਕਚੁਅਲੀ ਇਹ ਲੋਕ ਜਿਹੜੇ ਨੇ ਲਾਗ ਦੀ ਬਿਮਾਰੀ ਤਰ੍ਹਾਂ ਲੱਗਦੇ ਇਹ ਲਾਮਤ ਫਲਾਉਂਦੇ ਉਸ ਤੇ ਉਹਦੇ ਚ ਜਿਵੇਂ ਮੋਮਨ ਲਖਾਰੀ ਲਿਖਦਾ ਆ ਕਹਿੰਦਾ ਹੈ ਕਿ ਜੇ ਡੀਪ ਲੈਵਲ ਤੇ ਦੇਖਿਆ ਜਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਨਾਹ ਕੀ ਸੀਗਾ ਔਰੰਗਜ਼ੇਬ ਨੇ ਉਹਨਾਂ ਨੂੰ ਉਹਨਾਂ ਦੇ ਸਿੱਖਾਂ ਨੂੰ ਕਹੇ ਤੇ ਅਸਾ ਤਸੀਹਾਂ ਦੇ ਨਾਲ ਹਾਲਾਂਕਿ ਉਹ ਆਪ ਤੇ ਹਸਨ ਅਬਦਾਲ ਸੀਗਾ ਉਸ ਵਕਤ ਬਟ ਉਹਦੇ ਆਪਣੀ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਨੇ ਉਹਦੇ ਆਪਣੇ ਉਹਦੀ ਉਹਦੇ ਗਵਰਨਿੰਗ ਟਾਈਮ ਦੇ ਵਿੱਚ ਉਹਦੀ ਉਹਦੇ ਹੁਕਮ ਦੇ ਨਾਲ ਹੀ ਸਭ ਕੁਝ ਹੋਇਆ ਉਹ ਕਹਿੰਦਾ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਗੁਰੂ ਦੇਖ ਬਹਾਦਰ ਸਾਹਿਬ ਤੋਂ ਉਹਨਾਂ ਦੇ ਸਿੱਖਾਂ ਨੂੰ ਔਰੰਗਜ਼ੇਬ ਨੇ ਸ਼ਹੀਦ ਕਿਉਂ ਕੀਤਾ ਗੁਨਾਹ ਕੀ ਸੀ ਉਹਨਾਂ ਦਾ ਦੁਨੀਆ ਦੀ ਕਿਸੇ ਕਿਤਾਬ ਕਿਸੇ ਕੋਈ ਜਗ੍ਹਾ ਤੇ ਤੇ ਪਤਾ ਲੱਗੇ ਵੀ ਆ ਗੁਨਾਹ ਸੀ ਉਹਨਾਂ ਦਾ ਇਸ ਤਰੀਕੇ ਦੇ ਨਾਲ ਫਿਰ ਆਪ ਵੀ ਐਨਾਲਿਸਿਸ ਆਪਣਾ ਕਰਦਾ ਹੈ ਤੇ ਉਹ ਕਹਿੰਦਾ ਐਕਚੁਅਲੀ ਗੱਲ ਪਤਾ ਕੀ ਹੈ ਕਈ ਵਾਰ ਸਮਾਜ ਇਤਨਾ ਗੰਧਲਾ ਹੋ ਜਾਂਦਾ ਹੈ ਇਤਨਾ ਜਿਆਦਾ ਮਾੜਾ ਹੋ ਜਾਂਦਾ ਹੈ ਜਿਵੇਂ ਦਰਦੀ ਜੀ ਦੀ ਨਜ਼ਮ ਹੈਗੀ ਹੋ ਉਹ ਕਹਿੰਦੇ ਕਿ ਜਦ ਤੁਰਨਾ ਔਖਾ ਹੋ ਗਿਆ ਮਨੁੱਖਤਾ ਲਈ ਐਸਾ ਕੱਚ ਖਿਲਾ ਰਿਆ ਕੱਚਿਆਂ ਨੇ ਕਾਚੀ ਕੱਚ ਫੈਲ ਗਿਆ ਚਾਰਚ ਫਿਰੇ ਕਾਚੂ ਸਿਰਫ ਇਹ ਨਹੀਂ ਹੁੰਦਾ ਜਿਹੜਾ ਖਿੱਲਰਦਾ ਹੈਗਾ ਆ ਕੱਚ ਦਾ ਮਤਲਬ ਹੈ ਕੱਚਾਈ ਜੀਵਨ ਦੇ ਵਿੱਚ ਕੋਈ پاک پاک ਕਿਸਗੀ ਹੈ ਹੀ ਨਹੀਂ ਕੋਈ ਆਪਣੇ ਕਿਸੇ ਧਰਮ ਕਿਸੇ ਡਿਸਪਲਿਨ ਨੂੰ ਫਾਲੋ ਕਰ ਹੀ ਨਹੀਂ ਸਕਦਾ ਉਹ ਕਹਿੰਦੇ ਜਦ ਤੁਰਨਾ ਔਖਾ ਹੋ ਗਿਆ ਮਨੁੱਖਤਾ ਲਈ ਐਸਾ ਕੱਚ ਖਿਲਾ ਰਿਆ ਕੱਚਿਆਂ ਨੇ ਕਹਿੰਦਾ ਰੌਂ ਵਿੱਚ ਦਰਵੇਸ਼ਾਂ ਦਾ ਖੂਨ ਆਇਆ ਵੰਗਾਰਿਆ ਝੂਠ ਤਾਂ ਹੀ ਫਿਰ ਸੱਚਿਆਂ ਨੇ ਝੂਠ ਫਿਰ ਝੂਠ ਨੂੰ ਵੰਗਾਰਨ ਵਾਸਤੇ ਸੱਚ ਰੌਂ ਵਿੱਚ ਆਇਆ ਉਹਨੇ ਕਿਹਾ ਇਹ ਕੀ ਕਰੀ ਜਾਂਦੇ ਨੇ ਅਹਿਸਾਸ ਨਹੀਂਗਾ ਕਿ ਮਾਨਵਤਾ ਦਾ ਇਹ ਜਿਹੜਾ ਘਾਣ ਹੋ ਰਿਹਾ ਹੈਗਾ ਸੋ ਉਸ ਰੂਪ ਦੇ ਚ ਫਿਰ ਕਹਿੰਦਾ ਐਕਚੁਅਲ ਲੈਵਲ ਤੇ ਨਾ ਹਾਂ ਕਹਿੰਦਾ ਹਾਂ ਮੈਨੂੰ ਅਸਲ ਵਿੱਚ ਸਮਝਣ ਵਿੱਚ ਦੇਰੀ ਲੱਗ ਰਹੀ ਹੈ ਸਹੀ ਗੱਲ ਆ ਗੁਰੂ ਤੇਗ ਬਹਾਦਰ ਸਾਹਿਬ ਤੁਹਾਨੂੰ ਦੇ ਸਿੱਖਾਂ ਦਾ ਬੜਾ ਵੱਡਾ ਦੋਸ਼ ਹੈ ਦੋਸ਼ ਇਹ ਹੈ ਕਿ ਝੂਠ ਦੀ ਦੁਨੀਆ ਦੇ ਵਿੱਚ ਉਹ ਸੱਚ ਦੇ ਪਹਿਰੇਦਾਰ ਨੇ ਝੂਠ ਉਹਨਾਂ ਨੂੰ ਫੈਲ ਆ ਰਿਹਾ ਇਹ ਸਮਾਜ ਜਦੋਂ ਪੂਰੇ ਦਾ ਪੂਰਾ ਹੀ ਝੂਠ ਦੇ ਨਾਲ ਜੁੜ ਜਾਂਦਾ ਹੈ ਕੂੜ ਨਾਲ ਜੁੜ ਜਾਂਦਾ ਹੈ ਫਿਰ ਸੱਚ ਤੇ ਸੱਚ ਦੇ ਪਹਿਰਾ ਦੇਣ ਵਾਲੇ ਲੋਕ ਉਹ ਫਿਰ ਚੰਗੇ ਨਹੀਂ ਲੱਗਦੇ ਗੁਰੂ ਬਾਬਾ ਜੀ ਕਹਿੰਦੇ ਹਕੀਕਤ ਇਹ ਆ ਕੂੜ ਦੇ ਰਾਹ ਤੇ ਤੁਰਨ ਵਾਲਿਆਂ ਨੇ ਕੂੜ ਦੇ ਉਸ ਆਭਾਰ ਨੂੰ ਇਤਨਾ ਜ਼ਿਆਦਾ ਫੈਲਾਇਆ ਪਸਾਰ ਕਰ ਦਿੱਤਾ ਆਪ ਡੁੱਬੇ ਸਗਲੇ ਕੁੱਲ ਡੋਬੇ ਤੇ ਕੂੜ ਬੋਲ ਵਿਖ ਖਾ ਬਣਿਆ ਜ਼ਹਿਰ ਹੀ ਬੀਜ ਕੇ ਸਾਰਾ ਜ਼ਹਿਰ ਹੀ ਸਾਰੇ ਦਾ ਸਾਰਾ ਫੈਲਾ ਵਿੱਚ ਆ ਗਿਆ ਤੇ ਇਹ ਜ਼ਹਿਰ ਜਿਹੜੀ ਵਿਖਿਆ ਆ ਆਪ ਅਹਿਸਾਸ ਕਰੋ ਕਈ ਵਾਰ ਚੀਜ਼ਾਂ ਹੁੰਦੀਆਂ ਨੇ ਦੋ ਬਚਨ ਹਲੇ ਹੋਰ ਨੇ ਪਰ ਕਿਉਂਕਿ ਇਸ ਮਤਨ ਮੈਂ ਮਨ ਕੋ ਗੁਰਮੁਖ ਦੇਖ ਹੈ ਇਹ ਬੜੀ ਵਿਸਥਾਰ ਵਾਲੀ ਪੰਕਤੀ ਆਉਂਦੇ ਕੱਲ ਬਾਤ ਪਾਵਾਂਗਾ ਜਿੱਥੇ ਵਾ ਇੰਡ ਅਪ ਕਰ ਦੇਣਾ ਵਾ ਕਿ ਕੂੜ ਬੋਲ ਵਿਖ ਖਾਵਣ ਆ ਸਾਡੇ ਢਾਡੀ ਹੁੰਦੇ ਸੀ ਬੜੇ ਬੜੇ ਐਜੂਕੇਟਿਡ ਕੁਲਵੰਤ ਸਿੰਘ ਬੀਏ ਬਜ਼ੁਰਗ ਸੀਗੇ ਮੈਨੂੰ ਵੈਨਕੁਰ ਕਈ ਵਾਰ ਉਹਨਾਂ ਨਾਲ ਉੱਥੇ ਜਾ ਕੇ ਸੰਗਤ ਕਰਨ ਦਾ ਮੌਕਾ ਬਣਿਆ ਬੜਾ ਥਾਲੀ ਮਾਫਤਾ ਸ਼ਖਸ ਸੀਗਾ ਹੁਣ ਤੇ ਗੁਰਪੁਰੀ ਸੁਧਾਰ ਗਏ ਨੇ ਕਾਲ ਚਲਾਣਾ ਕਰਕੇ ਕੁਝ ਸਮੇਂ ਪਹਿਲਾਂ ਤੇ ਜਦੋਂ ਪ੍ਰੈਜੈਂਟੇਸ਼ਨ ਕਰਦੇ ਹਿਸਟਰੀ ਦੀ ਜਾਣ ਕੱਢ ਦਿੰਦੇ ਮਤਲਬ ਕੀ ਕਮਾਲ ਹੈ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਮੈਂ ਵੀ ਉੱਥੇ ਸੀ ਉਹਨਾਂ ਦੇ ਵਿੱਚ ਕੁਰਬਾਨੀ ਦੀ ਕਥਾ ਕਰ ਰਹੇ ਸੀ ਕਾਫੀ ਸਾਲ ਦੀ ਗੱਲ ਹੋ ਗਈ ਹੈ ਤੇ ਉਹ ਆ ਲੈਕਚਰ ਕਰ ਰਹੇ ਸਿੱਖ ਰਾਜ ਕਿਵੇਂ ਗਿਆ ਹੈ ਪ੍ਰੈਜੈਂਟ ਕਰ ਰਹੇ ਮਾਈਂਡ ਬਲੋਇੰਗ ਬੰਦਾ ਮਤਲਬ ਪੱਥਰ ਵੀ ਸ਼ਾਇਦ ਪਿਗਲ ਜਾਏ ਇੱਕ ਤੋ ਉਹ ਬਾਤ ਐਵੇਂ ਦੀ ਦੂਸਰੀ ਦੀ ਪ੍ਰੈਜੈਂਟੇਸ਼ਨ ਜਦੋਂ ਦੱਸ ਰਿਹਾ ਕਿ ਕਿਸ ਤਰੀਕੇ ਦੇ ਨਾਲ ਕਮਰ ਨੌਨਿਹਾਲ ਦਾ ਕਤਲ ਹੁੰਦਾ ਹੈ ਉਹ ਪੂਰੀ ਤਸਵੀਰ ਪ੍ਰੈਜੈਂਟ ਕਰਦਾ ਆ ਉਹਦੇ ਬਿਆਨ ਕਰਨ ਦੇ ਦੌਰਾਨ ਅੱਗੇ ਸੰਗਤ ਬੈਠੀ ਹਾਲ ਭਰਿਆ ਹੈ ਬਜ਼ੁਰਗ ਅੱਗੇ ਬੈਠਾ ਇੱਕ ਜਿਵੇਂ ਬਜ਼ੁਰਗ ਤੋਂ ਰਹਿ ਨਹੀਂ ਹੋਇਆ ਬੰਦੇ ਦਾ ਮਤਲਬ ਰੋਂਦਿਆਂ ਹੋਇਆ ਇਤਨਾ ਜ਼ਿਆਦਾ ਅਹਿਸਾਸ ਹੋ ਗਿਆ ਉਹਦਾ ਕਲੇਜਾ ਜਿਵੇਂ ਫਟਣ ਵਾਲਾ ਹੋ ਗਿਆ ਉੱਠ ਕੇ ਖੜਾ ਹੋ ਗਿਆ ਹਰ ਵਕ ਇੱਕ ਰੌਂ ਦੇ ਵਿੱਚ ਬੰਦਾ ਜਜ਼ਬਾਤੀ ਹੋ ਜਾਂਦਾ ਜਦੋਂ ਇਮੋਸ਼ਨਲੀ ਬਹੁਤ ਜਦੋਂ ਇਮੋਸ਼ਨਲ ਬਰਸਟ ਹੁੰਦਾ ਨਾ ਵੀ ਟੋਟਲੀ ਐਚਚਲੀ ਗੈਟ ਲਾ ਵੀ ਟੋਟਲੀ ਐਚਚਲੀ ਕਮ ਆਪ ਕਾਈਂਡ ਆਫ ਇਨ ਇਨ ਸਿਚੁਏਸ਼ਨ ਥੇਅਰ ਵੀ ਲੋਸਟ ਆਵਰ ਕੰਟਰੋਲ ਟੂ ਆਵਰ ਓਨ ਆਵਰ ਐਚਚਲੀ ਜਿਹੜੀਆਂ ਸਾਡੀਆਂ ਸੈਂਸਸ ਦੇ ਉੱਤੇ ਉਹ ਉਹਦੀ ਹਾਲਤ ਬਣ ਗਈ ਉਹ ਇੱਕਦਮ ਖੜਾ ਹੋ ਗਿਆ ਖੜਾ ਹੋ ਕੇ ਕਹਿੰਦਾ ਓ ਕੁਲੋਂਸ ਸਿਆ ਬਸ ਕਰ ਓਏ ਓਏ ਇਨਾ ਹਨੇਰ ਹੋ ਗਿਆ ਓ ਇਨਾ ਕਹਿਰ ਹੋ ਗਿਆ ਉਹ ਕੋਈ ਸਿਆਣਾ ਬੰਦਾ ਨਹੀਂ ਸੀ ਉਹ ਤੇ ਸਮਝਾ ਸਕਦਾ ਉਹ ਕੋਈ ਸਿਆਣਾ ਮਨੁੱਖ ਨਹੀਂ ਇਹ ਦੱਸ ਸਕਦਾ ਇਸ ਤਰੀਕੇ ਨਾਲ ਬੋਲਣ ਲੱਗ ਗਿਆ ਉੱਚੀ ਉੱਚੀ ਉਹ ਤੇ ਉਹ ਚੁੱਪ ਕਰ ਗਏ ਬੜੇ ਟਰਮੇ ਵਿੱਚ ਐਕਚੁਅਲੀ ਲਰਨਿੰਗ ਬੰਦੇ ਦੀ ਕਈ ਲੈਵਲ ਦੀ ਹੁੰਦੀ ਹੈ ਨਾ ਮੈਂ ਤਾਂ ਸਿੱਖ ਸਿੱਖਦਾ ਆ ਬਟ that time i was quite young and i was learning everything i was actually just uh, grabbing everything in an an level ਮੋਹ ਸ਼ਖਸ ਨੂੰ ਦੇਖ ਰਹੇ ਹੋ ਸਾਰੇ ਰੂਪ ਨੂੰ ਤੇ ਜਦੋਂ ਬਜ਼ੁਰਗ ਦੀ ਗੱਲ ਪੂਰੀ ਹੋ ਗਈ ਨਾ ਇੱਕ ਹੋਰ ਨੂੰ ਨਾਲ ਕਹਿੰਦਾ ਕਹਿੰਦਾ ਬਜ਼ੁਰਗ ਦੀ ਹੈਲਪ ਕਰੋ ਬਿਠਾਓ ਇਹਨਾਂ ਨੂੰ ਥੱਲੇ ਬੈਠੋ ਬਾਪੂ ਜੀ ਕਹਿੰਦਾ ਬਜ਼ੁਰਗੋ ਮੈਂ ਤੁਹਾਡੇ ਭਾਵਨਾ ਦੀ ਤੁਹਾਡੇ ਭਾਵਾਂ ਦੀ ਕਦਰ ਕਰਦਾ ਹਾਂ ਤੁਸੀਂ ਬਿਲਕੁਲ ਠੀਕ ਗੱਲ ਕਹੀ ਕੋਈ ਸਿਆਣਾ ਬੰਦਾ ਨਹੀਂ ਜਿਹੜਾ ਸਮਝਾ ਸਕਦਾ ਬਜ਼ੁਰਗੋ ਅੱਜ ਕੀ ਹੋ ਰਿਹਾ ਹੈ ਅੱਜ ਕੋਈ ਸਿਆਣਾ ਬੰਦਾ ਨਹੀਂ ਦੱਸੋ ਮੈਨੂੰ ਨਾਥਿੰਗ ਹੈਸ ਚੇਂਜਡ ਕੱਲ ਨੂੰ ਜਦੋਂ ਆ ਸਮਾਸਣਾਵਾਂਗੇ ਆਹ ਦ ਚੀਜ਼ਾਂ ਦੱਸਾਂਗੇ ਉਦੋਂ ਵੀ ਲੋਕ ਕਹਿਣਗੇ ਆ ਇਹ ਨਾ ਕੂੜ ਬੋਲ ਬਿਖਖਾਵਣ ਆ ਝੂਠ ਫਰੇਬ ਧੋਖਾ ਦਗਾ ਇਹ ਜਦੋਂ ਹਿਊਮਨ ਬੀਿੰਗ ਦੇ ਵਾਸਤੇ ਉਹਦੇ ਬੜੇ ਗਲੋਰੀਅਸ ਸਟ੍ਰੇਟ ਬਣ ਜਾਣ ਸਮਾਜਾਂ ਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਗੁਰੂ ਬਾਬਾ ਜੀ ਨੇ ਕਿਹਾ ਕੂੜ ਦਾ ਹੋਣਾ ਦੇਖੋ ਬਿਮਾਰੀ ਆਉਣੀ ਇੱਕ ਨਾਰਮਲ ਗੱਲ ਹੈ ਪਰ ਜੇ ਕੋਈ ਬੰਦਾ ਬਿਮਾਰੀ ਨੂੰ ਗਲੋਰੀਫਾਈ ਕਰ ਦੇ ਬੜਾ ਨਾਈਸ ਥਿੰਕ ਥੈਨ ਸੋਸਾਇਟੀ ਉਸ ਸਿਕਨੈਸ ਤੋਂ ਉਸ ਚੀਜ਼ ਤੋਂ ਕਿਵੇਂ ਬਾਹਰ ਆਏਗੀ ਗੁਰੂ ਬਾਬਾ ਜੀ ਜਿਹੜਾ ਅਗਲਾ ਬਚਨ ਹੈ ਇਹਦੇ ਚ ਸਾਡੇ ਮਨ ਦੀ ਦਸ਼ਾ ਦੀ ਗੱਲ ਕਰਨਗੇ ਹਾਊ ਕੈਨ ਵੀ ਵਰਕ ਔਨ 댓 ਸਾਈਡ ਕਿਉਂਕਿ ਜਿੱਥੇ ਸਿਰਫ ਟਾਕ ਹੋਈ ਪ੍ਰੋਬਲਮ ਵਾਲੀ ਸਾਈਡ ਦੀ ਐਂਡ ਨੈਕਸਟ ਚੈਪਟਰ ਕੈਨ ਹੈਲਪ ਅਸ ਟੂਵਰਡ ਸੋਲੂਸ਼ਨ ਸਾਈਡ ਅੱਜ ਵਾਸਤੇ ਸਮਾਂ ਸਮਾਪਤ ਹੈ ਭੁੱਲਾਂ ਗਲਤੀਆਂ ਨਾ ਚਤਾ ਰਹੇ ਹੋ ਜੇ ਇੱਥੇ ਆਵਾਜ਼ ਦੇ ਕੇ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ